ਆਓ ਅੱਜ ਅਸੀਂ ਸਿੱਖਦੇ ਹਾਂ ਕਿ ਪਰਮੇਸ਼ਵਰ ਦੀ ਤਾਕਤ ਕੀ ਹੈ। ਕਮ ਲੈਟ ਅਸ ਲਰਨ ਵਟ ਇਜ਼ ਦ ਪਾਵਰ ਆਫ ਗੋਡ। ਜਦੋਂ ਇਨਸਾਨ ਕਰਦਾ ਹੈ ਤੇ ਉਸਦਾ ਪੂਰਾ ਉਸਦਾ ਜ਼ੋਰ ਲੱਗ ਜਾਂਦਾ ਹੈ ਕਿਸੇ ਵੀ ਕੰਮ ਨੂੰ। Whenever a man works, he uses all his strength and power to do that work. Agar assi pura zor laga ditta itthe channan karn vaste, if we do our very best to get the lights on over here, par phir vi assi oh channan nahi kar sake jehda suraj nikalda hai ਤੇ ਸਾਰੀ ਦੁਨੀਆ ਦੇ ਵਿੱਚ ਚਾਨਣ ਕਰ ਦਿੰਦਾ ਹੈ। ਬਟ ਸਟਿਲ ਵੀ ਕੁਡ ਨਾਟ ਐਨਲਾਈਟਨ ਦ ਵੇ ਐਸ ਦ ਸਨ ਰਾਈਜ਼ਸ ਐਂਡ ਇਟ ਲਾਈਟਨਸ ਅਪ ਆਲ ਦ ਪਲੇਸਸ। ਪਰਮੇਸ਼ਵਰ ਦੀ ਇੰਨੀ ਤਾਕਤ ਹੈ, ਗੋਡ ਇਸ ਸੋ ਵੈਰੀ ਪਾਵਰਫੁਲ। ਇਹ ਪਰਮੇਸ਼ਵਰ ਦੀ ਇੱਕ ਅਜਿਹੀ ਤਾਕਤ ਹੈ, ਇਟ ਇਸ ਸੱਚ ਅ ਪਾਵਰ ਆਫ ਗੋਡ, ਕਿ ਉਹ ਸਾਰੇ ਹਨੇਰੇ ਨੂੰ ਕੁਝ ਹੀ ਸੈਕਿੰਡਾਂ ਦੇ ਵਿੱਚ ਖਤਮ ਕਰ ਦਿੰਦਾ ਹੈ। ਦੈਟ ਹੀ ਫਿਨਿਸ਼ਸ ਆਲ ਦ ਡਾਰਕਨੈਸ ਇਨ ਅ ਫ੍ਰੈਕਸ਼ਨ ਆਫ ਸੈਕਿੰਡਸ। ਪਰ ਇਨਸਾਨ ਨੂੰ ਸਾਰੀ ਉਮਰ ਲੱਗ ਜਾਂਦੀ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚੋਂ ਹਨੇਰਾ ਖਤਮ ਕਰੇ। ਬਟ ਇਟ ਟੇਕਸ ਦ ਹੋਲ ਲਾਈਫ ਫॉर ਅ ਪਰਸਨ ਟੂ ਐਮਿਟ ਦ ਡਾਰਕਨੈਸ ਫਰੋਮ ਹਿਸ ਲਾਈਫ। ਔਰ ਅੱਜ ਦੀ ਰਾਤ ਅਸੀਂ ਇਹ ਦੱਸਣਾ ਚਾਹੁੰਦੇ ਹਾਂ, ਐਂਡ ਦਿਸ ਨਾਈਟ ਵੀ ਵਾਂਟ ਟੂ ਟੈਲ ਯੂ, ਜੇ ਤੁਸੀਂ ਚਾਹੁੰਦੇ ਹੋ ਕਿ ਸਾਡੀ ਜ਼ਿੰਦਗੀ ਦੇ ਵਿੱਚੋਂ ਹਨੇਰਾ ਖਤਮ ਹੋ ਜਾਏ, ਇਫ ਯੂ ਵਾਂਟ ਦ ਡਾਰਕਨੈਸ ਟੂ ਡਿਸਪੈਲ ਫਰੋਮ ਯੂਰ ਲਾਈਫਸ, ਤਾਂ ਇੱਕ ਦੁਨੀਆ ਤੇ ਆਇਆ ਹੈ, ਬਟ ਵਨ ਹੈਸ ਕਮ ਇਨਟੂ ਦਿਸ ਵਰਲਡ, ਜਿਸ ਦਾ ਨਾਮ ਯੇਸੂ ਮਸੀਹ ਹੈ। ਹੂਸ ਨੇਮ ਇਸ ਜੀਸਸ ਕ੍ਰਾਈਸਟ। ਉਸਨੇ ਕਿਹਾ, ਮੈਂ ਜਗਤ ਦਾ ਚਾਨਣ ਹਾਂ। ਹੀ ਸੈਡ ਆਈ ਐਮ ਦ ਲਾਈਟ ਆਫ ਦਿਸ ਵਰਲਡ। ਤੇ ਉਹ ਅੱਜ ਦੀ ਰਾਤ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਹਨੇਰੇ ਨੂੰ ਖਤਮ ਕਰ ਸਕਦਾ ਹੈ। ਐਂਡ ਦਿਸ ਨਾਈਟ ਹੀ ਵਾਸ ਐਂਡ ਹੀ ਵਿਲ ਫਿਨਿਸ਼ ਆਲ ਦ ਡਾਰਕਨੈਸ ਦੈਟ ਇਜ਼ ਇਨ ਯੋਰ ਲਾਈਫ। ਅਤੇ ਜੇ ਤੁਸੀਂ ਇਹ ਵਿਸ਼ਵਾਸ ਕਰੋਗੇ, ਐਂਡ ਇਫ ਯੂ ਬਿਲੀਵ, ਤੇ ਅੱਜ ਦੀ ਰਾਤ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਹਨੇਰਾ ਹਮੇਸ਼ਾ ਵਾਸਤੇ ਖਤਮ ਹੋ ਜਾਏਗਾ। ਐਂਡ ਦਿਸ ਨਾਈਟ ਆਲ ਦ ਡਾਰਕਨੈਸ ਸ਼ੈਲ ਬੀ ਡਿਸਟਰੋਇਡ ਫੋਰਐਵਰ ਫਰਮ ਯੋਰ ਲਾਈਫ। ਦੁਨੀਆ ਦੀਆਂ ਸਾਰੀਆਂ ਚੀਜ਼ਾਂ ਪਰਮੇਸ਼ਵਰ ਦੀ ਸ਼ਕਤੀ ਦਾ ਵਰਣਨ ਕਰਦੀਆਂ ਹਨ। ਆਲ ਦ ਥਿੰਗਸ ਆਫ ਦ ਵਰਲਡ ਜਸਟ ਟੈਲਸ ਅਬਾਊਟ ਦ ਗੋਡ। ਬਾਣੀ ਦੇ ਵਿੱਚ ਲਿਖਿਆ ਕਿ ਸਭੋ ਕੁਝ ਉਸ ਤੋਂ ਰਚਿਆ ਗਿਆ। ਇਟ ਇਜ਼ ਰਿਟਨ ਇਨ ਦ ਵਰਡ ਆਲ ਥਿੰਗਸ ਵਰ ਕ੍ਰੀਏਟਡ ਬਾਈ ਹਿਮ। ਇੱਕ ਵੀ ਵਸਤੂ ਉਸ ਤੋਂ ਬਿਨਾਂ ਨਹੀਂ ਰਚੀ ਗਈ। ਨੋਟ ਅ ਸਿੰਗਲ ਥਿੰਗ ਵਾਸ ਕ੍ਰੀਏਟਡ ਵਿਦਆਊਟ ਹਿਮ। ਅਸੀਂ ਇੱਕ ਖੁਦਾ ਦੇ ਬੰਦੇ ਆ। ਵੀ ਆਰ ਆਲ ਮੈਨ ਆਫ ਵਨ ਗੋਡ ਅਲੋਨ। ਐਵੇਂ ਧਰਮਾਂ ਤੇ ਜਾਤਾਂ ਵਿੱਚ ਰੰਗੇ ਆ। ਐਂਡ ਜਸਟ ਲਾਈਕ ਦੈਟ ਵੀ ਆਰ ਕਲਰਡ ਇਨ ਰਿਲੀਜੀਅਨਸ ਐਂਡ ਇਨ ਕਾਸਟਸ। ਅੱਜ ਦੀ ਰਾਤ ਦਿਸ ਨਾਈਟ ਅਸੀਂ ਇੱਕ ਪੈਗਾਮ ਲੈ ਕੇ ਆਏ ਆ। ਵੀ ਹੈਵ ਕਮ ਵਿਦ ਅ ਮੈਸੇਜ। ਅਸੀਂ ਇਹ ਪੈਗਾਮ ਲੈ ਕੇ ਆਏ ਆ ਜਿਹੜਾ ਸੱਚਾ ਹੈ। ਦਿਸ ਇਜ਼ ਦ ਮੈਸੇਜ ਵਿਚ ਇਜ਼ ਟਰੂ। ਉਹ ਪੈਗਾਮ ਲੈ ਕੇ ਆਏ ਆ ਜਿਹੜਾ ਬਾਈਬਲ ਦੇ ਵਿੱਚ ਦਰਜ ਹੈ। ਦ ਮੈਸੇਜ ਦੈਟ ਇਜ਼ ਡਿਪਿਕਟਡ ਇਨ ਦ ਬਾਈਬਲ। ਅੱਜ ਦੀ ਰਾਤ ਇਸ ਸ਼ਹਿਰ ਵਾਸੀਆਂ ਦੇ ਲਈ ਇੱਕ ਮੈਸੇਜ ਹੈ। ਦਿਸ ਨਾਈਟ ਦਿਸ ਇਜ਼ ਅ ਮੈਸੇਜ ਫॉर ਦ ਸਿਟੀਜ਼ਨਸ ਆਫ ਦ ਸਿਟੀ। ਇੱਕ ਗੱਲ ਸਾਨੂੰ ਦੇਖਣਾ ਪਵੇਗਾ। ਵੀ ਨੀਡ ਟੂ ਸੀ ਟੂਡੇ ਕਿ ਬਾਈਬਲ ਇਸ ਗੱਲ ਬਾਰੇ ਕੀ ਵਿਚਾਰ ਦਿੰਦਾ ਹੈ। ਵਾਟ ਡਸ ਬਾਈਬਲ ਸੇਸ ਅਬਾਊਟ ਥਿਸ ਥਿੰਗ। ਬਾਈਬਲ ਦੱਸਦਾ ਹੈ ਕਿ ਸ਼ਬਦ ਦੇ ਨਾਲ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਗਈ ਹੈ। ਬਾਈਬਲ ਸੇਸ ਆਲ ਥਿਸ ਯੂਨੀਵਰਸ ਵਾਸ ਕ੍ਰੀਏਟਡ ਬਾਈ ਦ ਪਾਵਰ ਆਫ ਦ ਵਰਡ। ਤੇ ਬਾਈਬਲ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਕਿ ਆਦ ਵਿੱਚ ਸ਼ਬਦ ਸੀ। ਐਂਡ ਬਾਈਬਲ ਇਟ ਇਜ਼ ਰਿਟਨ ਇਨ ਦ ਬਿਗਨਿੰਗ ਵਾਸ ਦ ਵਰਡ। ਜਦੋਂ ਕੁਝ ਨਹੀਂ ਸੀ, ਵੈਨ ਦੇਰ ਵਾਸ ਨਥਿੰਗ, ਤੇ ਸ਼ੁਰੂ ਵਿੱਚ ਪਰਮੇਸ਼ਵਰ ਨੇ ਆਕਾਸ਼ ਤੇ ਧਰਤੀ ਨੂੰ ਬਣਾਇਆ। ਇਨ ਦ ਬਿਗਨਿੰਗ ਗੋਡ ਕ੍ਰੀਏਟਡ ਦ ਹੈਵਨ ਐਂਡ ਦ ਅਰਥ। ਸਾਡੇ ਵੀ ਬਣਾਉਣ ਤੋਂ ਪਹਿਲਾਂ, ਬਿਫੋਰ ਵੀ ਵਰ ਕ੍ਰੀਏਟਡ, ਪਰਮੇਸ਼ਵਰ ਨੇ ਇਸ ਧਰਤੀ ਨੂੰ ਬਣਾਇਆ। God created this earth. ਪਰਮੇਸ਼ਵਰ ਨੇ ਆਕਾਸ਼ ਨੂੰ ਸਾਜਿਆ। And God created the heaven. ਪਰਮੇਸ਼ਵਰ ਨੇ ਵਗਦੇ ਪਾਣੀਆਂ ਦੇ ਉੱਤੇ ਇਸ ਧਰਤੀ ਦੀ ਨੀਂਹ ਨੂੰ ਰੱਖਿਆ। And God laid the foundation of the earth upon the flowing waters. ਜਿਹੜੀਆਂ ਚੀਜ਼ਾਂ ਨੂੰ ਪਰਮੇਸ਼ਵਰ ਨੇ ਸਾਜਿਆ, the things God created,
created, इंसान अज उन्हां चीजां नूं सिजदा कर रहा है. Man is creating those very things. पर चाहिदा है. But it was required. जिसने सारियां चीजां नूं बनाया है इंसान उन्हां नूं नहीं पर बनाउण वाले नूं सिजदा करे. That the man should bow in the presence of the one who created all things and not the creation itself. अते मैं विश्वास करदा कि अज तुसी जरूर परमेश्वर दी जिहड़ी ताकत है उसनूं समझण दी कोशिश करोगे. And I believe you will be understanding today the power of God. ਤੇ ਜਿੰਨੇ ਧਿਆਨ ਦੇ ਨਾਲ ਤੁਸੀਂ ਸੁਣ ਰਹੇ ਹੋ ਐਂਡ ਦ ਮੈਨਰ ਯੂ ਆਰ ਲਿਸਨਿੰਗ ਜੇਕਰ ਤੁਸੀਂ ਇਸ ਨੂੰ ਸੁਣ ਕੇ ਆਪਣੇ ਜੀਵਨ ਦੇ ਵਿੱਚ ਵਸਾ ਲਿਆ ਐਂਡ ਇਫ ਯੂ ਲਿਸਨ ਐਂਡ ਇਫ ਯੂ ਟੇਕ ਇਟ ਇਨਟੂ ਯੋਰ ਲਾਈਫ ਅਤੇ ਮੈਂ ਇਹ ਵਿਸ਼ਵਾਸ ਕਰਦਾ ਹਾਂ ਐਂਡ ਆਈ ਬਲੀਵ ਤੁਸੀਂ ਆਪਣੇ ਸਾਜਣ ਵਾਲੇ ਪਰਮੇਸ਼ਰ ਦੇ ਨਾਲ ਆਪਣਾ ਰਿਸ਼ਤਾ ਬਣਾ ਕੇ ਵਾਪਸ ਜਾਓਗੇ ਯੂ ਵਿਲ ਗੋ ਵਿਦ ਦ ਵਨ ਹੂ ਕ੍ਰੀਏਟਿਡ ਯੂ ਅੱਜ ਅਸੀਂ ਇੱਕ ਬਾਗ ਦੇ ਵਿੱਚ ਇਕੱਠੇ ਹੋਏ ਹਾਂ ਟੂਡੇ ਵੀ ਆਰ ਅਸੈਂਬਲਡ ਇਨਟੂ ਅ ਗਾਰਡਨ ਸ਼ਾਲਾਮਰ ਬਾਗ ਸ਼ਾਲਾਮਰ ਗਾਰਡਨ ਔਰ ਮੇਰਾ ਬਾਈਬਲ ਦੱਸਦਾ ਹੈ ਇੱਕ ਬਾਗ ਅਦਨ ਦਾ ਬਾਗ ਹੈ ਐਂਡ ਮਾਈ ਬਾਈਬਲ ਸੇਜ਼ देयर इज अ गार्डन कॉल्ड गार्डन ऑफ ईडन ਸਿਰਫ ਅੱਜ ਹੀ ਬਾਗ ਨਹੀਂ ਹੈ ਬਾਗ ਬਹੁਤ ਹਜ਼ਾਰਾਂ ਸਾਲ ਪਹਿਲਾਂ ਵੀ ਇੱਕ ਬਾਗ ਸੀ ਦਿਸ ਇਜ਼ ਨਾਟ ਦ ਟੂਡੇ ਡੇਸ ਟਾਈਮ ਦੈਟ देयर इज अ गार्डन ਬਟ 1000 ਇਅਰਸ ਆਫ ਬੈਕ देयर वाज गार्डन ਉਸ ਬਾਗ ਦੇ ਵਿੱਚ ਕੌਣ ਸੀ ਹੂ ਵਾਸ ਇਨ ਦੈਟ ਗਾਰਡਨ ਉਸ ਬਾਗ ਦੇ ਵਿੱਚ ਦੁਨੀਆ ਦਾ ਪਹਿਲਾ ਆਦਮੀ ਸੀ ਇਨ ਦੈਟ ਗਾਰਡਨ ਵਾਸ ਦ ਫਰਸਟ ਕ੍ਰੀਏਟਡ ਮੈਨ ਆਫ ਦਿਸ ਵਰਲਡ ਉਸ ਬਾਗ ਦੇ ਵਿੱਚ ਦੁਨੀਆ ਦੀ ਪਹਿਲੀ ਔਰਤ ਸੀ देयर वाज ਇਨ ਦੈਟ ਗਾਰਡਨ ਫਰਸਟ ਕ੍ਰੀਏਟਡ ਔਮਨ ਆਫ ਦਿਸ ਵਰਲਡ ਅੱਜ ਮੈਨੂੰ ਇੱਥੇ ਆ ਕੇ ਇੱਕ ਬੜੀ ਅਜੀਬ ਅ ਫੀਲਿੰਗ ਆ ਰਹੀ ਹੈ ਐਂਡ ਆਈ ਫੀਲ ਅ ਡਿਫਰੈਂਟ ਸੋਰਟ ਆਫ ਅ ਫੀਲਿੰਗ ਵੈਨ ਆਈ ਕਮ ਓਵਰ ਹੇਅਰ ਇੱਕ ਬਾਗ ਸੀ ਜਦੋਂ ਪਰਮੇਸ਼ਰ ਆਪਣੇ ਹੱਥਾਂ ਨਾਲ ਬਣਾਏ ਆਦਮੀ ਤੇ ਔਰਤ ਨਾਲ ਆ ਕੇ ਗੱਲ ਕਰ ਰਿਹਾ ਸੀ ਐਂਡ देयर वाज अ टाइम व्हेन ਗੋਡ ਯੂਜ਼ ਟੂ ਕਮ ਐਂਡ ਟਾਕ ਟੂ ਦ ਪਰਸਨ ਹੀ ਕ੍ਰੀਏਟਡ ਵਿਦ ਹਿਸ ਹੈਂਡਸ ਅੱਜ ਵੀ ਪਰਮੇਸ਼ਰ ਇਸ ਬਾਣੀ ਦੇ ਰਾਹੀਂ ਇੱਥੇ ਸਾਰੇ ਆਏ ਲੋਕਾਂ ਦੇ ਨਾਲ ਆਪਣੀ ਗੱਲ ਕਰਨੀ ਚਾਹੁੰਦਾ ਹੈ ਟੂਡੇ ਆਲਸੋ ਗੋਡ ਵਾਂਟਸ ਟੂ ਟਾਕ ਟੂ ਯੂ ਥਰੂ ਦਿਸ ਵਰਡ ਉਹਨਾਂ ਸਮਿਆਂ ਵਿੱਚ ਹੀ ਪਰਮੇਸ਼ਰ ਗੱਲ ਨਹੀਂ ਸੀ ਕਰਦੇ ਇਨ ਦੋਸ ਟਾਈਮਸ ਓਨਲੀ ਗੋਡ ਨੀਡ ਨਾਟ ਟਾਕ ਪਰਮੇਸ਼ਰ ਅੱਜ ਵੀ ਗੱਲ ਕਰਦੇ ਹਨ ਗੋਡ ਟੂਡੇ ਆਲਸੋ ਟਾਕਸ ਜੇਕਰ ਅਸੀਂ ਉਸ ਨੂੰ ਧਿਆਨ ਦੇ ਨਾਲ ਸੁਣੀਏ ਇਫ ਯੂ ਲਿਸਨ ਹਿਮ ਅਟੈਂਟਿਵਲੀ ਉਹ ਜਿਹੜਾ ਬਾਗ ਜਿਸ ਬਾਗ ਦੀ ਮੈਂ ਗੱਲ ਕਰ ਰਿਹਾ ਅਦਨ ਦਾ ਬਾਗ ਹੈ ਐਂਡ ਦ ਗਾਰਡਨ ਦੈਟ ਆਸ ਆਈ ਐਮ ਟਾਕਿੰਗ ਅਬਾਊਟ ਦ ਗਾਰਡਨ ਆਫ ਈਡਨ ਤੇ ਅੱਜ ਜਿਸ ਬਾਗ ਦੇ ਵਿੱਚ ਅਸੀਂ ਬੈਠੇ ਉਹਦੀ ਗੱਲ ਕਰ ਰਹੇ ਹਾਂ ਸ਼ਾਲਾਮਰ ਬਾਗ ਹੈ ਐਂਡ ਵੀ ਆਰ ਟਾਕਿੰਗ ਅਬਾਊਟ ਦ ਗਾਰਡਨ ਵੀ ਆਰ ਸਿਟਿੰਗ ਐਟ ਇਸ ਕਾਲ ਸ਼ਾਲਾਮਰ ਗਾਰਡਨ ਅਸੀਂ ਬੜੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਭਰੇ ਹੋਏ ਲੋਕ ਹਾਂ ਵੀ ਆਰ ਦ ਵਨਸ ਹੂ ਆਰ ਫਿਲਡ ਆਫ ਦ ਗ੍ਰੇਸ ਆਫ ਗਾਡ ਜਿਸਨੇ ਸਾਨੂੰ ਅੱਜ ਇਹ ਮੌਕਾ ਦਿੱਤਾ ਹੈ ਕਿ ਅੱਜ ਫਿਰ ਬਾਗ ਵਿੱਚ ਬਹਿ ਕੇ ਅਸੀਂ ਬਾਗ ਦੀਆਂ ਗੱਲਾਂ ਕਰੀਏ ਟੂ ਹੂ ਹੈਜ਼ ਗਿਵਨ ਅਸ ਅ ਚਾਂਸ ਟੂ ਸਿਟ ਇਨ ਅ ਗਾਰਡਨ ਐਂਡ ਟਾਕ ਫਾਰ ਦ ਗਾਡ ਪਰਮੇਸ਼ਰ ਦੀ ਹਜ਼ੂਰੀ ਵਿੱਚ ਆ ਕੇ ਅਸੀਂ ਪਰਮੇਸ਼ਰ ਦੀਆਂ ਗੱਲਾਂ ਕਰੀਏ ਐਂਡ ਕਮਿੰਗ ਇਨ ਦ ਪ੍ਰੈਜ਼ੈਂਸ ਆਫ ਗਾਡ ਐਂਡ ਟਾਕਿੰਗ ਅਬਾਊਟ ਗਾਡ ਤੇ ਅੱਜ ਉਹੀ ਪਰਮੇਸ਼ਰ ਜਿਹੜਾ ਰੂਹ ਪਾਕ ਆਤਮਾ ਅਤੇ ਜਿਹੜਾ ਰੂਹਾਨੀ ਅੱਖਾਂ ਦੇ ਨਾਲ ਨਜ਼ਰ ਆਉਂਦਾ ਹੈ ਐਂਡ ਦ ਗਾਡ ਹੂ ਇਜ਼ ਸਟ੍ਰੀਨ ਥਰੂ ਦ ਸਪਿਰਚੁਅਲ ਆਈਜ਼ ਦ ਸਪਿਰਿਟ ਅਤੇ ਅਸੀਂ ਉਸ ਦੀ ਆਵਾਜ਼ ਨੂੰ ਸੁਣਨ ਵਾਲੇ ਹੋ ਜਾਈਏ ਐਂਡ ਵੀ ਬੀ ਏਬਲ ਟੂ ਲਿਸਨ ਟੂ ਹਿਸ ਵੌਇਸ ਕੀ ਤੁਸੀਂ ਜਾਣਦੇ ਹੋ ਜਿਹੜਾ ਪਹਿਲਾ ਜਿਹੜਾ ਇਨਸਾਨ ਸੀਗਾ ਜਿਹੜਾ ਆਦਮ ਸੀਗਾ ਅਤੇ ਜਦੋਂ ਅਦਨ ਦੇ ਬਾਗ ਦੇ ਵਿੱਚ ਸੀ ਪਰਮੇਸ਼ਰ ਨੇ ਇਸ ਨੂੰ ਕੀ ਆਖਿਆ ਸੀ ਡੂ ਯੂ ਨੋ ਵਾਟ ਡਿਡ ਗੋਡ ਟੈਲ ਦ ਆਦਮ ਦ ਫਰਸਟ ਮੈਨ ਵਾਟ ਡਿਡ ਗੋਡ ਟੈਲ ਹਿਮ ਸਿੱਧੇ ਸ਼ਬਦਾਂ ਵਿੱਚ ਪਰਮੇਸ਼ਰ ਨੇ ਇਸ ਨੂੰ ਆਖਿਆ ਸੀ ਤੂੰ ਮੇਰੇ ਆਖੇ ਲੱਗੀ ਐਂਡ ਇਨ ਡਾਇਰੈਕਟ ਵਰਡਸ ਹੀ ਗੋਡ ਟੋਲਡ ਅਨਟੂ ਹਿਮ ਯੂ ਬੀ ਓਬੀਡੀਐਂਟ ਤੂੰ ਮੇਰਾ ਹੁਕਮ ਮੰਨੀ ਯੂ ਓਬੇ ਮਾਈ ਕਮਾਂਡ ਅੱਜ ਵੀ ਇਸ ਬਾਗ ਦੇ ਵਿੱਚ ਪਰਮੇਸ਼ਰ ਆਪਣੇ ਵਚਨ ਦੇ ਰਾਹੀਂ ਅੱਜ ਇਹ ਗੱਲ ਕਹਿ ਰਹੇ ਹਨ ਟੂਡੇ ਆਲਸੋ ਇਨ ਦਿਸ ਗਾਰਡਨ ਗੋਡ ਇਜ਼ ਟਾਕਿੰਗ ਟੂ ਯੂ ਤੂੰ ਮੇਰੇ ਆਖੇ ਲੱਗੀ ਯੂ ਬੀ ਓਬੀਡੀਐਂਟ ਤੂੰ ਮੇਰੇ ਹੁਕਮ ਨੂੰ ਪੂਰਾ ਕਰੇ ਯੂ ਬੈਟਰ ਫੁਲਫਿਲ ਮਾਈ ਕਮਾਂਡ ਮੈਂ ਤੇਰਾ ਪਰਮੇਸ਼ਰ ਜੋ ਹਾਂ ਫਾਰ ਆਈ ਐਮ ਯੋਰ ਗੋਡ ਮੈਂ ਤੈਨੂੰ ਬਲੈਸ ਕਰਾਂਗਾ ਐਂਡ ਆਈ ਸ਼ੈਲ ਬਲੈਸ ਯੂ ਅਤੇ ਅੱਜ ਜਿੰਨੇ ਵੀ ਇੱਥੇ ਆਏ ਹਨ ਆਲ ਹੂ ਹੈਵ ਕਮ ਓਵਰ ਹੇਅਰ ਉਹ ਸਾਰੇ ਇਥੋਂ ਬਲੈਸ ਹੋ ਕੇ ਜਾਣਗੇ ਦੇ ਸ਼ੈਲ ਗੋ ਵਿਦ ਅ ਬਲੈਸਿੰਗ ਕੋਈ ਵੀ ਅੱਜ ਬਿਨਾ ਬਰਕਤ ਤੋਂ ਵਾਪਸ ਨਹੀਂ ਜਾਊਗਾ ਨਨ ਸ਼ੈਲ ਗੋ ਵਿਦਆਊਟ ਦ ਬਲੈਸਿੰਗ ਜਿੰਨੇ ਵਿਸ਼ਵਾਸ ਕਰਨਗੇ ਆਲ ਹੂ ਬਲੀਵ ਉਹ ਬਰਕਤ ਪਾ ਕੇ ਵਾਪਸ ਜਾਣਗੇ ਦੇ ਸ਼ੈਲ ਗੋ ਵਿਦ ਅ ਬਲੈਸਿੰਗ ਅਤੇ ਮੈਂ ਇਹ ਵਿਸ਼ਵਾਸ ਕਰਦਾ ਹਾਂ ਐਂਡ ਆਈ ਬਲੀਵ ਅਤੇ ਅੱਜ ਪਰਮੇਸ਼ਰ ਦੀ ਤਾਕਤ ਤੁਹਾਡੇ ਨਾਲ ਰਹਿਣਾ ਸ਼ੁਰੂ ਕਰੇਗੀ ਟੂਡੇ ਗੋਡਸ ਪਾਵਰ ਸ਼ੈਲ ਬੀ ਰੈਸਾਈਡਿੰਗ ਵਿਦ ਯੂ ਫਰਮ ਉਹ ਤਾਕਤ ਜਿਸਨੇ ਤੁਹਾਨੂੰ ਬਣਾਇਆ ਹੈ ਦ ਪਾਵਰ ਹੂ ਕ੍ਰੀਏਟਡ ਯੂ ਉਹ ਤਾਕਤ ਜਿਸਨੇ ਤੁਹਾਨੂੰ ਘੜਿਆ ਹੈ ਦ ਪਾਵਰ ਹੂ ਮੇਡ ਯੂ ਅ ਵਰਕਮੈਨਸ਼ਿਪ ਕਦੇ ਕਦੇ ਤੁਸੀਂ ਵੇਖਿਆ ਜਿਹੜਾ ਕਾਰੀਗਰ ਹੈ ਜਦੋਂ ਪੱਥਰ ਨੂੰ ਚੱਕਦਾ ਹੈ ਐਂਡ ਵੈਨ ਯੂ ਸਮ ਟਾਈਮ ਯੂ ਸੀ ਅ ਕ੍ਰਾਫਟਮੈਨ ਪਿਕਿੰਗ ਅਪ ਅ ਸਟੋਨ ਅਤੇ ਉਹ ਪੱਥਰ ਨੂੰ ਚੱਕਦਾ ਹੈ ਤੇ ਉਸ ਨੂੰ ਪੱਥਰ ਨੂੰ ਜਦੋਂ ਘੜਦਾ ਹੈ ਐਂਡ ਐਸ ਹੀ ਪਿਕਸ ਅਪ ਦ ਸਟੋਨ ਐਂਡ ਐਸ ਹੀ ਕਾਫਸ ਦੈਟ ਸਟੋਨ ਅਤੇ ਉਹ ਬੜੀ ਇੱਕ ਸੁੰਦਰ ਪਿਕਚਰ ਨੂੰ ਉਹਦੇ ਵਿੱਚੋਂ ਕੱਢ ਕੇ ਲਿਆਉਂਦਾ ਹੈ ਐਂਡ ਹੀ ਬ੍ਰਿੰਗਸ ਆਊਟ ਆਫ ਦੈਟ ਸਟੋਨ ਅ ਗ੍ਰੇਟ ਐਂਡ ਬਿਊਟੀਫੁਲ ਪਿਕਚਰ ਇੱਕ ਸਮੇਂ ਅ ਟਾਈਮ
ਜਦੋਂ ਬਾਬਾ ਆਦਮ ਤੇ ਹਵਾ ਉਸ ਬਾਗ ਦੇ ਅੰਦਰ ਸਨ ਵਿਦ ਐਂਸ਼ੀਅੰਟ ਮੈਨ ਆਦਮ ਐਂਡ ਈਵ ਵਰ ਇਨ ਦੈਟ ਗਾਰਡਨ ਮੇਰਾ ਬਾਈਬਲ ਕਹਿੰਦਾ ਹੈ ਕਿ ਪਰਮੇਸ਼ਰ ਉਹਨਾਂ ਨੂੰ ਮਿਲਣ ਵਾਸਤੇ ਆਇਆ ਕਰਦਾ ਸੀ ਮਾਈ ਬਾਈਬਲ ਸੇਜ਼ ਗੋਡ ਯੂਸ ਟੂ ਕਮ ਟੂ ਮੀਟ them ਅਤੇ ਪਰਮੇਸ਼ਰ ਉਹਨਾਂ ਨਾਲ ਗੱਲ ਕਰਦਾ ਸੀ ਐਂਡ ਗੋਡ ਯੂਸ ਟੂ ਟਾਕ ਵਿਦ them ਤੇ ਰੋਜ਼ ਪਰਮੇਸ਼ਰ ਆਦਮੀ ਦੇ ਨਾਲ ਗੱਲ ਕਰਨ ਵਾਸਤੇ ਆਇਆ ਕਰਦਾ ਸੀ ਡੇਲੀ ਗੋਡ ਯੂਸ ਟੂ ਕਮ ਟੂ ਟਾਕ ਵਿਦ ਦੈਟ ਮੈਨ ਅਤੇ ਜਦੋਂ ਇੱਕ ਦਿਨ ਪਰਮੇਸ਼ਰ ਦੀ ਆਵਾਜ਼ ਉਸ ਬਾਗ ਦੇ ਵਿੱਚ ਗੂੰਜੀ ਐਂਡ ਵਨ ਡੇ ਦੇ ਹਿਸ ਦ ਵੌਇਸ ਆਫ ਗੋਡ ਐਕੋਇਡ ਇਨ ਦੈਟ ਗਾਰਡਨ ਤੇ ਜਿਹੜਾ ਆਦਮ ਸੀ ਐਂਡ ਦ ਮੈਨ ਕਾਲਡ ਆਦਮ ਉਸਨੇ ਕੋਈ ਵੀ ਮੋਰਿਓ ਆਨਸਰ ਨਾ ਦਿੱਤਾ ਹੀ ਡਿਡ ਨਾਟ ਰਿਪਲਾਈ ਪਰਮੇਸ਼ਰ ਨੇ ਫਿਰ ਆਵਾਜ਼ ਦਿੱਤੀ ਅਗੇਨ ਗੋਡ ਕਾਲਡ ਅਨ ਟੂ ਆਦਮ 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 ਤੂੰ ਕਿੱਥੇ ਹੈ ਵੇਅਰ ਆਰ ਯੂ ਉਸਨੇ ਕਿਹਾ ਮੈਂ ਤੇਰੀ ਆਵਾਜ਼ ਨੂੰ ਸੁਣ ਕੇ ਡਰ ਗਿਆ ਹਾਂ ਆਈ ਐਮ ਅਫਰੇਡ ਵੈਨ ਆਈ ਲਿਸਨ ਟੂ ਯੂਰ ਵੌਇਸ ਉਦੋਂ ਹੀ ਪਰਮੇਸ਼ਰ ਨੇ ਉਸਨੂੰ ਜਵਾਬ ਦਿੱਤਾ ਐਂਡ ਦੈਨ ਗੋਡ ਅਗੇਨ ਟੋਲਡ ਅਨ ਟੂ ਆਦਮ ਕਿ ਜਿਸ ਦਰਖਤ ਤੋਂ ਖਾਣ ਵਾਸਤੇ ਮੈਂ ਤੈਨੂੰ ਮਨਾ ਕੀਤਾ ਸੀ ਤੂੰ ਉਸ ਦਰਖਤ ਦਾ ਫਲ ਖਾਦਾ ਡਿਡ ਆਈ ਟੈਲ ਯੂ ਟੂ ਨਾਟ ਈਟ ਫਰੋਮ ਦ ਟ੍ਰੀ ਆਫ ਦ ਫਰੂਟ ਆਫ ਦੈਟ ਟ੍ਰੀ ਡਰ ਕਿੱਥੋਂ ਆਇਆ ਵੇਅਰ ਡਿਡ ਦ ਫੀਅਰ ਕਮ ਫਰੋਮ ਅਣ ਆਗਿਆਕਾਰੀ ਕਰਨ ਦੇ ਨਾਲ ਡਰ ਆਉਂਦਾ ਹੈ ਬਾਈ ਡਿਸਓਬੀਡੀਅੰਸ ਕਮਸ ਦ ਫੀਅਰ ਅਤੇ ਜਿੰਨੇ ਵੀ ਇੱਥੇ ਬੈਠੇ ਨੇ ਜੇ ਤੁਹਾਡੇ ਦਿਲ ਦੇ ਵਿੱਚ ਡਰ ਰਹਿੰਦਾ ਹੈ ਆਲ ਸਿਟਿੰਗ ਓਵਰ ਹੇਅਰ if there is a fear in your heart usda sidha matlab paap hai straight meaning means there is a sin jekar tusi ajj parmeshwar de naal apna rishta banana chahnde ho if you want to build up a relationship with god ta tanu ajj parmeshwar di aagyakari karni hovegi you need to be obedient to the god ਆਦਮ ਦਾ ਬਾਗ ਜਿਸ ਵਿੱਚ ਪਰਮੇਸ਼ਰ ਹਵਾ ਤੇ ਆਦਮ ਨੂੰ ਮਿਲਣ ਵਾਸਤੇ ਆਇਆ ਕਰਦਾ ਸੀ ਦ ਗਾਰਡਨ ਆਫ ਈਡਨ ਵਿੱਚ ਗੋਡ ਯੂਸ ਟੂ ਕਮ ਐਂਡ ਮੀਟ ਆਦਮ ਐਂਡ ਈਵ ਇਹ ਉਹ ਜੋੜਾ ਸੀ ਜਿਸ ਨੂੰ ਪਰਮੇਸ਼ਰ ਨੇ ਆਪਣੀ ਸ਼ਕਲ ਤੇ ਬਣਾਇਆ ਸੀ ਦਿਸ ਇਜ਼ ਦ ਕਪਲ ਹੂਮ ਗੋਡ ਕ੍ਰੀਏਟਡ ਇਨ ਹਿਸ ਫਾਰਮ ਅਤੇ ਰੱਬ ਅੱਜ ਵੀ ਆਪਣੇ ਲੋਕਾਂ ਨੂੰ ਮੁਹੱਬਤ ਕਰਦਾ ਹੈ ਟੂਡੇ ਆਲਸੋ ਗੋਡ ਲਵਸ ਹਿਸ ਪੀਪਲ ਉਸ ਦੀ ਗਵਾਹੀ ਸਾਨੂੰ ਜਰੂਸ਼ਲਮ ਦੀ ਧਰਤੀ ਤੋਂ ਮਿਲਦੀ ਹੈ ਐਂਡ ਦ ਟੈਸਟਮਨੀ ਵਿਦ we get from the land of Jerusalem jehda duniya de center de vich hai which is in the center of this world jithe yesu masih de khoon diyan dharan ajj is gal di gawai dindiyan ne with the shards of the blood of Jesus Christ testify ke oh papiyan nu bachaun de waste aaya that he came to save the sinners ਪਰ ਅੱਜ ਸਾਨੂੰ ਇਹ ਸੋਚਣ ਦੀ ਲੋੜ ਹੈ we need to ponder upon today ਕਿ ਸਾਡਾ ਰਿਸ਼ਤਾ ਉਸ ਪਰਮੇਸ਼ਰ ਦੇ ਨਾਲ ਹੈ do we have that relationship with the god ate jad oh parmeshwar di awaz sun ke dar gaya and as he was fearful after listening to the voice of god tusi jaan de us vele ki hoya do you know what happened thereafter us adan de bag de andar ek bahut vaddi ghatna katti a mysterious happening happened in that garden of eden oh jehda joda si parmeshwar ne bag de vich rakhya the couple that god put in that garden ਉਹਨਾਂ ਦੀਆਂ ਅੱਖਾਂ ਖੁੱਲ ਗਈਆਂ their eyes got opened up ਕਿ ਤੁਸੀਂ ਸੋਚ ਰਹੇ ਕਿ ਉਹਨਾਂ ਦੀਆਂ ਪਹਿਲਾਂ ਅੱਖਾਂ ਬੰਦ ਸਨ and you are thinking their eyes were earlier closed ਬਾਣੀ ਦੱਸਦੀ ਹੈ ਕਿ ਉਹ ਨਿਰਵਸਰ ਸਨ bible says they were without clothes ਉਹ ਪਰਮੇਸ਼ਰ ਦੇ ਨੂਰ ਦੇ ਨਾਲ ਟਕੇ ਹੋਏ ਸਨ they were covered with the glory of god ਪਰ ਉਹ ਨਹੀਂ ਜਾਣਦੇ ਸਨ ਕਿ ਉਹ ਬਿਨਾਂ ਕੱਪੜਿਆਂ ਤੋਂ ਨੇ but they did not knew they are without the clothes ਪਰ ਜਦੋਂ ਹੀ ਉਹਨਾਂ ਦੇ ਅੰਦਰ ਡਰ ਆ ਗਿਆ but as fear caught into them ਉਹਨਾਂ ਨੇ ਵੇਖਿਆ ਉਹ ਅਸੀਂ ਬਿਨਾਂ ਕੱਪੜਿਆਂ ਤੋਂ ਹਾਂ they saw themselves we are without clothes ਜਿਹੜਾ ਪਾਪ ਹੈ ਉਹ ਸਾਨੂੰ ਬੁਰਾਈਆਂ ਦੇ ਵਿੱਚ ਲੈ ਕੇ ਜਾਂਦਾ ਹੈ the sin takes us into the evil works ਅਤੇ ਸਭ ਤੋਂ ਵੱਡੀ ਗੱਲ ਯਿਸੂ ਮਸੀਹ ਆਏ ਤਾਂ ਕਿ ਜਿਹੜੇ ਪਾਪੀ ਨੇ ਉਹ ਧਰਮੀ ਬਣ ਜਾਣ and the biggest thing is that jesus christ came so that the sinners become righteous ones ਅਤੇ ਅੱਜ ਮੈਂ ਵਿਸ਼ਵਾਸ ਕਰਦਾ ਹਾਂ and i believe today ਜਿੰਨੇ ਵੀ ਅੱਜ ਇੱਥੇ ਆਏ ਹਨ all who have come over here ਅੱਜ ਇਸ ਬਾਗ ਦੇ ਵਿੱਚੋਂ ਦੀ ਤੁਹਾਨੂੰ ਇੱਕ ਖਾਸ ਬਰਕਤ ਮਿਲਣ ਵਾਲੀ ਹੈ from this garden you are going to get a great blessing ਮਤੀ 24 ਦੀ 14 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ matthew 24 verse 4 ਰਾਜ ਇਸ ਖੁਸ਼ਖਬਰੀ ਦਾ ਪ੍ਰਚਾਰ
the preaching of the good news of the kingdom sari duniya de vich kita javega shall be preached into all the world aj jekar assi is jagah de utte satguru yesu de naam da prachar kar rahe ha if we are preaching at this place about jesus christ the true teacher ate ek kise vyakti di soch nahi hai this is not a thought of a person a bible sanu ijazat dinda hai this is what the permission granted to us by the bible ke jao go sari srishti de samne khushkhabri da prachar karo preach the good news into all the world ede piche ek bhet hai dosto there is a mystery behind this lolo friend jinne vi vishwashi duniya te prachar kar rahe han all believers preaching in this world oda ek khas matlab hai there is a meaning a special one oh matlab hai ke bible aagya dindi hai that means the bible gives you the permission kanda sari duniya vich khushkhabri da prachar kita jayega it says the good news shall be preached into all the world tan jo sab kama utte sakhi ho jaye so that on all the tribes it be testified tad kenda ant aavega then shall the end come sama bahut nazdeek hai time is near bahut hi nazdeek hai sama it's too near ki tusi jande ho do you know assi dharti di second generation we are the second generation of this earth kai sochde honge eh kidda ho sakda hai some might be thinking how it is gonna science ki kehndi hai ede bare main janda nahi I do not know what the science says par mera bible ki kehnda main janda ha but the bible says I know that pehla parmeshwar ne manukh nu banaya first god created man bahut sare kehnde ne ke oh bandar to banda ban gaya many says they came from apes par main nahi janda but I do not know par mera bible idda kehnda hai but my bible says tusi bandar तो नहीं पर परमेश्वर ने मिट्टी तो तैयार कीते हो यू आर नॉट क्रिएटेड फ्रॉम एप्स बट यू गॉड क्रिएटेड यू फ्रॉम द डर्ट ऑफ द अर्थ असि परमेश्वर दी उपज हां वी आर द क्रिएशन ऑफ गॉड सानू पैदा करने वाला परमेश्वर है द वन हु मेड अस टू बर्थ इज गॉड सानू परमेश्वर ने बनाया है गॉड हैज क्रिएटेड अस परमेश्वर ने साडे उते कारीगरी कीती है गॉड हैज डन हिज वर्कमैनशिप अपॉन अस ओ दुनिया दा सब तो वड्डा कारीगर है ही इज द ग्रेटेस्ट वर्कमैन कि तुसी सोचदे होवोगे किमें यू माइट बी थिंकिंग हाउ एक आदमी नु देखो सी अ मैन एक आदमी नु ध्यान ना देखो विद अ ग्रेट पॉइंट सी अ मैन परमेश्वर ने एडिया अखा दे विच कच लाया है गॉड हैज पुट अ ग्लास इन हिज आइज परमेश्वर ने इसने मुंह दे विच पत्थर लाया है एंड इन हिज माउथ इज द स्टोन परमेश्वर ने नु सुनन दी ताकत दीती है गॉड हैज गिवन द पावर टू हियर परमेश्वर ने इसनु सुनन दी ताकत दीती है गॉड हैज गिवन हिम द पावर टू जस्ट स्मेल परमेश्वर ने इसनु चलन दी ताकत दीती है गॉड हैज गिवन हिम द स्ट्रेंथ टू वॉक और परमेश्वर ने इसनु सुई तो लेके जहाज तक बनाने की ताकत देती है God has given the strength to create from needle to the planks मैं विश्वास नहीं करता कि बंदर तो बनया बंदा इतने काम कर सकता है I do not believe a man created out of apes can do such special things जा मैं ये भी नहीं विश्वास करता कि बाकी बंदर बंदे बन जाएंगे And I also do not believe when those apes shall become man मैं किसी साइंस के खिलाफ नहीं हूं I am not against any science fiction पर परमेश्वर दी बाणी की कहंदी है बट व्हाट डज द वर्ड ऑफ गॉड से मैं उसका प्रचार कर रहा हूं आई प्रीच हिम मैं साइंस नु प्यार करता हूं आई लव साइंस उसने बड़ा 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 लंबा लंबा और बड़ा-बड़ा सिस्टम तैयार किया है साइंस हैज क्रिएटेड अ ग्रेट एंड माइटी सिस्टम अते बाइबल ऐसा कहता है एंड बाइबल सेज सानू आज सीखना पड़ेगा वी नीड टू लर्न टुडे ओ परमेश्वर मैं तेरा धन्यवाद करता हूं ओ गॉड आई थैंक यू के तू मेनू अपने स्वरूप ते बनाया है यू क्रिएट मी इन योर ओन इमेज वाणी दे विच लिखा तुसी मेरे धियां ते पुत्र होवोगे द वर्ड इट इज सेड दैट यू आर माय सन्स एंड डॉटर्स कांदा बच्चा केदे वर्गा हुंदा है व्हाट इज द चाइल्ड ऑफ अ क्रो हाथी दा बच्चा केदे वर्गा हुंदा है व्हाट्स द कप ऑफ अ एलिफेंट लाइक शेर दा बच्चा केदे वर्गा हुंदा है व्हाट्स द कप ऑफ अ लायन लाइक अते असी रब दे धियां पुत्र वी आर द सन्स एंड डॉटर्स ऑफ असी केदे वर्गे हां हु आर वी लाइक असी रब दे वर्गे हां वी आर लाइक गॉड रब ने इतनी कीमती चीज बनाई है सच अ प्रेशियस थिंग गॉड क्रिएटेड जेडी चीज रब ने बनाई है व्हाट गॉड क्रिएटेड इसनु कोई दोबारा नहीं बना सकदा नो वन कैन क्रिएट इट हियरआफ्टर कोई इसनु दोबारा नहीं बना सकदा नो वन कैन क्रिएट इट अगेन परमेश्वर ने कारागरी कीती है गॉड हैज डन अ क्राफ्ट्समैनशिप तुसी जानदे हो के जेडियां अखां सानु परमेश्वर ने दित्तियां ने डू यू नो द आइज गिवन टू अस बाय गॉड एना दी किड्डी वड्डी कीमत है व्हाट कॉस्ट इट अमाउंट्स टू किड्डी वड्डी कीमत है व्हाट इज द कॉस्ट ऑफ सच अ थिंग जे सारी उम्र तुसी यही धन्यवाद करी जाओ ओ रब्बा धन्यवाद मेनू अखां दित्तियां ओ रब्बा धन्यवाद मेनू अखां दित्तियां इफ ऑल योर लाइफ यू Give him thanks. Oh God, I thank you for you giving me eyes. Oh God, I thank you for you giving me eyes. Meri akhaan layi tera dhanwad. For my eyes, I thank you. Main tere ranga nu vekh reha tera dhanwad.
ਧੰਨਵਾਦ ਆਈ ਸੀ ਯੋਰ ਕਲਰਸ ਆਈ ਥੈਂਕ ਯੂ ਓ ਪ੍ਰਭੂ ਤੇਰਾ ਧੰਨਵਾਦ ਓ ਲਾਰਡ ਆਈ ਥੈਂਕ ਯੂ ਇਹ ਉਹ ਅੱਖਾਂ ਨੇ ਦੀਸ ਆਰ ਦਾ ਆਈਜ਼ ਜਿਹੜੀਆਂ ਇੱਕਦਮ ਲਾਗੇ ਵੀ ਵੇਖਦੀਆਂ ਨੇ ਵਿਚ ਕੈਨ ਸੀ ਦਾ ਨੀਅਰ ਥਿੰਗਸ ਇੱਕਦਮ ਬੀਆਂ ਖੇਤਾਂ ਤੇ ਵੀ ਵੇਖਦੀਆਂ ਨੇ ਐਂਡ ਆਲ ਆਫ ਅ ਸਡਨ ਕੈਨ ਸੀ ਅ ਫਾਰ ਕਿੰਨੀ ਤਾਕਤ ਹੈ ਸਾਡੀਆਂ ਅੱਖਾਂ ਦੇ ਵਿੱਚ ਸੱਚ ਅ ਪਾਵਰ ਆਰ ਆਈਜ਼ ਹੈਵ ਕੀ ਕੋਈ ਡਾਕਟਰ ਇਦਾਂ ਦੀ ਅੱਖ ਤਿਆਰ ਕਰ ਸਕਦਾ ਹੈ ਕੈਨ ਅ ਡਾਕਟਰ ਕ੍ਰੀਏਟ ਐਨ ਆਈ ਲਾਈਕ ਦਿਸ ਅਸੀਂ ਦੁਨੀਆ ਤੇ ਮਹਿੰਗੇ-ਮਹਿੰਗੇ ਕੈਮਰੇ ਤਿਆਰ ਕੀਤੇ ਨੇ ਵੀ ਹੈਵ ਕ੍ਰੀਏਟਡ precious cameras in this world ate jehde camera ne akhaan to dekh ke banaye gaye ne and these cameras have been built by watching the eye main gal kar reha si duniya da sab to vadda karigar I was talking the best craftsman of the world dekho usne tota kinna sundar banaya hai see how he created the parrot such a beautiful kaun hai usnu banan wala who is the one who created the kinni soni ganni payi hai ode such a great sort of a ਉਹਦੀ ਚੁੰਝ ਕਿੰਨੀ ਸੁੰਦਰ ਹੈ ਐਂਡ ਹਿਸ ਬੀਕ ਇਜ਼ ਸੱਚ ਬਿਊਟੀਫੁਲ ਕੌਣ ਹੈ ਮੋਰ ਨੂੰ ਬਣਾਉਣ ਵਾਲਾ ਹੈ ਹੂ ਇਜ਼ ਦ ਵਨ ਹੂ ਕ੍ਰੀਏਟ ਦ ਪੀਕ ਕੌਣ ਹੈ ਸ਼ੇਰ ਨੂੰ ਬਣਾਉਣ ਵਾਲਾ ਹੂ ਇਜ਼ ਦ ਵਨ ਹੂ ਕ੍ਰੀਏਟ ਦ ਲਾਇਨ ਕੌਣ ਹੈ ਸਾਨੂੰ ਬਣਾਉਣ ਵਾਲਾ ਹੂ ਇਜ਼ ਦ ਵਨ ਹੂ ਕ੍ਰੀਏਟਡ ਅਸ ਕੌਣ ਹੈ ਕੀੜੀ ਨੂੰ ਬਣਾਉਣ ਵਾਲਾ ਹੂ ਇਜ਼ ਦ ਵਨ ਹੂ ਕ੍ਰੀਏਟਸ ਦ ਐਟ ਕੀ ਕੀੜੀ ਦੇ ਅੰਦਰ ਦਿਲ ਨਹੀਂ ਹੈ ਡਸ ਇਟ ਐਂਡ ਹੈਵ ਅ ਹਾਰਟ ਅੱਖਾਂ ਨਹੀਂ ਹਨ ਡਸ ਇਟ ਨਾਟ ਹੈਵ ਆਈਜ਼ ਲੱਤਾਂ ਨਹੀਂ ਹਨ ਡਸਨਟ ਇਟ ਹੈਵ ਦ ਲੈਗਸ ਮੰਨੋ ਕਿ ਦੁਨੀਆ ਦਾ ਸਭ ਤੋਂ ਵੱਡਾ ਕਾਰੀਗਰ ਹੈ ਓ ਇਟ ਇਜ਼ ਟੂ ਬੀ ਸੀਨ ਦੈਟ ਹੀ ਇਜ਼ ਦ ਗ੍ਰੇਟੈਸਟ ਕ੍ਰਾਫਟਮੈਨ ਆਫ ਦ ਵਰਲਡ ਅਤੇ ਜਿਹੜਾ ਇੰਨੀਆਂ ਚੀਜ਼ਾਂ ਬਣਾ ਸਕਦਾ ਹੈ ਹੂ ਕੈਨ ਕ੍ਰੀਏਟ ਆਲ ਦੀਸ ਥਿੰਗਸ ਉਹ ਬੰਦੇ ਨੂੰ ਕਿਉਂ ਨਹੀਂ ਬਣਾ ਸਕਦਾ ਵਾਈ ਹੀ ਕੈਨਟ ਕ੍ਰੀਏਟਡ ਮੈਨ ਕਹਿੰਦਾ ਮਿੱਟੀ ਔੜਨਾ ਮਿੱਟੀ ਬਿਛਾਉਣਾ ਇਟ ਇਜ਼ ਸੈਡ ਦੈਟ ਯੂ ਨੀਡ ਟੂ ਟੇਕ ਰੈਪ ਅਪਨ ਦ ਮਡ ਅਤੇ ਮਿੱਟੀ ਦਾ ਸਰਹਾਣਾ ਐਂਡ ਦੇਰ ਇਜ਼ ਅ ਪਿਲੋ ਆਫ ਦ ਮਡ ਪਰਮੇਸ਼ਰ ਨੇ ਆਦਮੀ ਨੂੰ ਮਿੱਟੀ ਤੋਂ ਕੱਢਿਆ ਹੈ ਗੋਡ ਕ੍ਰੀਏਟਡ ਮੈਨ ਆਊਟ ਆਫ ਦ ਮਡ ਆਫ ਦ ਅਰਥ ਪਰਮੇਸ਼ਰ ਨੇ ਆਦਮੀ ਨੂੰ ਮਿੱਟੀ ਤੋਂ ਬਣਾਇਆ ਹੈ ਫਰਮ ਦ ਡਰਟ ਆਫ ਦ ਅਰਥ ਗੋਡ ਕ੍ਰੀਏਟਡ ਮੈਨ ਅਤੇ ਆਦਮੀ ਇੱਕ ਦਿਨ ਮਿੱਟੀ ਵਿੱਚ ਵਾਪਸ ਚਲੇ ਜਾਏਗਾ ਵਨ ਡੇ ਦ ਮੈਨ ਗੋਸ ਬੈਕ ਇਨਟੂ ਦ ਡਸਟ ਪਰ ਕਿਉਂ ਸਾਨੂੰ ਪਰਮੇਸ਼ਰ ਨੇ ਇੱਥੇ ਭੇਜਿਆ ਹੈ ਬਟ ਵਾਟ ਬਾਈ ਗੋਡ ਸੈਂਟ ਅਸ ਓਵਰ ਹੇਅਰ ਸਾਡਾ ਇੱਥੇ ਕੰਮ ਕੀ ਹੈ ਵਾਟ ਡੂ ਵੀ ਹੈਵ ਅ ਵਰਕ ਫਾਰ ਅਤੇ ਖੇਡੋ ਵੱਡੇ ਹੋਵੋ ਵਿਆਹ ਕਰਾਓ ਬੱਚੇ ਪੈਦਾ ਕਰੋ ਬੁੱਢੇ ਹੋ ਜਾਓ ਤੇ ਮਰ ਜਾਓ ਪਲੇ ਐਂਡ ਦੈਨ ਗੈਟ 올ਡ ਐਂਡ ਦੈਨ ਬੀ ਅ ਚਿਲਡਰਨ ਐਂਡ ਦੈਨ ਡਾਈ ਐਂਡ ਦੈਟਸ ਇਟ ਨਹੀਂ ਨਹੀਂ ਨੋ ਨੋ ਇੱਕ ਵੱਡਾ ਕਾਰਨ ਹੈ देयर इज अ बिग रीजन ਅਸੀਂ ਇੱਥੇ ਕਿਉਂ ਭੇਜੇ ਗਏ ਹਾਂ ਵਾਈ ਆਰ ਵੀ ਸੈਂਟ ਓਵਰ ਹੇਅਰ ਅਸੀਂ ਇੱਥੇ ਕਿਉਂ ਆਏ ਹਾਂ ਵਾਈ ਯੂ ਹੈਵ ਕਮ ਓਵਰ ਹੇਅਰ ਸਾਨੂੰ ਦੁਨੀਆ ਤੇ ਕਿਉਂ ਭੇਜਿਆ ਗਿਆ ਹੈ ਵਾਈ ਵੀ ਹੈਵ ਬੀਨ ਸੈਂਟ ਇਨਟੂ ਦਿਸ ਵਰਲਡ ਇਹ ਪਰਮੇਸ਼ਰ ਦੀ ਇੱਕ ਯੋਜਨਾ ਹੈ देयर इज अ ਪਲਾਨ ਆਫ ਗॉड ਤਾਂ ਕਿ ਅਸੀਂ ਸਮਝੀਏ ਕਿ ਇੱਕ ਰੱਬ ਹੈ ਇੱਕ ਪਰਮੇਸ਼ਰ ਹੈ ਜਿਸ ਨੇ ਸਾਰੀਆਂ ਚੀਜ਼ਾਂ ਨੂੰ ਬਣਾਇਆ ਹੈ ਸੋ ਦੈਟ ਵੀ ਅੰਡਰਸਟੈਂਡ देयर इज अ ਗॉड ਹੂ ਹੈਸ ਕ੍ਰੀਏਟਡ ਆਲ ਥਿੰਗਸ ਐਂਡ ਵੀ ਨੋ ਹਿਮ ਅਤੇ ਅੱਜ ਸਾਨੂੰ ਇਹ ਸਮਝਣਾ ਪਵੇਗਾ ਵੀ ਨੀਡ ਟੂ ਅੰਡਰਸਟੈਂਡ ਦਿਸ ਰੱਬ ਪਰਮੇਸ਼ਰ ਜਿਉਂਦਾ ਹੈ ਓ ਦ ਗॉड ਲਾਰਡ ਇਜ਼ ਅਲਾਈਵ ਜੇ ਤੁਸੀਂ ਇਹ ਨਹੀਂ ਮੰਨਦੇ ਕਿ ਪਰਮੇਸ਼ਰ ਨੇ ਆਦਮੀ ਨੂੰ ਬਣਾਇਆ ਹੈ ਇਫ ਯੂ ਡੂ ਨਾਟ ਪ੍ਰੋਕਲੇਮ ਗॉड ਕ੍ਰੀਏਟਡ ਮੈਨ ਤੇ ਤੁਸੀਂ ਇਹ ਕਿਦਾਂ ਮੰਨ ਸਕਦੇ ਹੋ ਕਿ ਪਰਮੇਸ਼ਰ ਹੈਗਾ ਦੈਨ ਹਾਊ ਕੈਨ ਯੂ ਕਨਫੈਸ ਦੈਟ ਗॉड ਇਜ਼ ਥੇਅਰ ਜੇ ਤੁਹਾਡਾ ਇਹ ਵਿਸ਼ਵਾਸ ਹੈ ਕਿ ਅਸੀਂ ਤੇ ਬਾਂਦਰਾਂ ਤੋਂ ਬਣੇ ਹਾਂ ਇਫ ਯੂ ਹੈਵ ਅ ਫੇਥ ਵੀ ਹੈਵ ਬੀਨ ਕ੍ਰੀਏਟਡ ਕਮ ਆਊਟ ਆਫ ਦ ਏਪਸ ਤਾਂ ਫਿਰ ਪਰਮੇਸ਼ਰ ਦਾ ਸਾਡੇ ਉੱਤੇ ਕੀ ਰੋਲ ਰਹਿ ਗਿਆ ਦੈਨ ਵਾਟ ਇਜ਼ ਦ ਰੋਲ ਆਫ ਆਰ ਲਾਈਫ ਗॉड ਹੈਸ ਕਿਉਂ ਬਾਂਦਰ ਤੋਂ ਹੀ ਕਿਹਾ ਜਾਂਦਾ ਬੰਦਾ ਬਣਿਆ ਵਾਈ ਇਟ ਇਜ਼ ਸੈਡ ਓਨਲੀ ਮੈਨ ਵਾਸ ਕ੍ਰੀਏਟਡ ਆਊਟ ਆਫ ਏਪਸ ਕਿਸੇ ਸ਼ੇਰ ਹਾਥੀ ਜਾਂ ਘੋੜੇ ਤੋਂ ਕਿਉਂ ਨਹੀਂ ਕਿਹਾ ਜਾਂਦਾ ਵਾਈ ਨਾਟ ਫਰਮ ਦ ਹਾਰਸ ਔਰ ਫਰਮ ਐਲੀਫੈਂਟ ਔਰ ਫਰਮ ਲਾਇਨ ਸਾਨੂੰ ਅੱਜ ਇਹ ਸਮਝਣਾ ਪਵੇਗਾ ਵੀ ਨੀਡ ਟੂ ਅੰਡਰਸਟੈਂਡ ਟੂਡੇ ਕਿ ਤੁਸੀਂ ਜਾਣਦੇ ਹੋ ਜਿੱਥੇ ਤੁਸੀਂ ਬੈਠੇ ਹੋ ਡੂ ਯੂ ਨੋ ਵਿਦ ਦ ਪਲੇਸ ਯੂ ਆਰ ਸਿਟਿੰਗ ਕਿੱਡੀਆਂ ਛੱਲਾਂ ਦੇ ਨਾਲ ਥੱਲੇ ਪਾਣੀ ਵਗਦਾ ਹੈ ਵਿਦ ਸੱਚ ਅ ਵੇਵਸ ਦ ਵਾਟਰ ਇਜ਼ ਜਸਟ ਬੈਂਕਸ ਫਰਮ ਡਾਊਨ ਕੌਣ ਹੈ ਜਿਸ ਨੇ ਧਰਤੀ ਨੂੰ ਸੰਭਾਲਿਆ ਹੈ ਹੂ ਇਜ਼ ਦ ਵਨ ਹੂ ਹੈਸ ਟੇਕਨ ਕੇਅਰ ਆਫ ਦ ਅਰਥ ਸਾਨੂੰ ਅੱਜ ਵਿਚਾਰ ਕਰਨਾ ਪਊਗਾ ਵੀ ਨੀਡ ਟੂ ਪੌਂਡਰ ਅਪੌਨ ਦਿਸ ਬਹੁਤ ਸਾਰੇ ਲੋਕ ਨੇ ਜਿਹੜੇ ਪਰਮੇਸ਼ਰ ਦਾ ਧੰਨਵਾਦ ਨਹੀਂ ਕਰਦੇ ਮੈਨੀ ਪੀਪਲ ਡਸਨਟ ਥੈਂਕ ਦ ਲਾਰਡ ਗॉड ਮੇਰਾ ਬਾਈਬਲ ਕਹਿੰਦਾ ਨਾ ਸ਼ੁਕਰੇ ਲੋਕ ਬਾਈਬਲ ਸੇਡ ਦੈਟ thankless people chede parmeshwar da dhanwad nahi karde who doesn't thank the lord god ohna da ikko hi rona hunda hai they have done one thing to cry main no parmeshwar ne ki ditta what did the god give me main no parmeshwar ne ki ditta what did god give me je parmeshwar ne tenu akhaan dittiyan ne if god give you the eyes eda matlab duniya di sab ton kimti cheez ditti hai that means the costliest thing of the world you have been granted ate sari umar is da dhanwad kari jao all your life you can thank him for this prabhu tera dhanwad lord thank you ਅਤੇ ਜੇ ਤੁਸੀਂ ਇਸ ਦੀ ਕੀਮਤ ਨਹੀਂ ਜਾਣਦੇ ਇਫ ਯੂ ਡੂ ਨਾਟ ਨੋ ਦ ਕਾਸਟ ਆਫ ਦਿਸ ਕਿਸੇ ਉਸ ਵਿਅਕਤੀ ਦੇ ਕੋਲ ਜਾ ਕੇ ਬੈਠੋ ਜਿਹੜਾ ਨੇਤਰਹੀਣ ਹੈ ਗੋ ਟੂ ਅ ਪਰਸਨ ਹੂ ਇਜ਼ ਬਲਾਈਂਡ ਅਤੇ ਉਹ ਤੁਹਾਨੂੰ 10 ਮਿੰਟਾਂ ਵਿੱਚ ਸਮਝਾ ਦੇਗਾ ਅੱਖਾਂ ਦੀ ਕੀਮਤ ਕੀ ਹੈ ਐਂਡ ਹੀ ਵਿਲ ਮੇਕ ਯੂ ਅੰਡਰਸਟੈਂਡ ਦ ਕਾਸਟ ਆਫ ਦ ਆਈਜ਼ ਅੱਖਾਂ ਕੀ ਨੇ ਵਾਟ ਆਰ ਆਈਜ਼ ਅੱਜ ਮੈਂ ਸਿਰਫ ਇੱਥੇ ਪਰਮੇਸ਼ਰ ਦੀ ਤਾਕਤ ਦੀ ਗੱਲ ਕਰ ਰਿਹਾ ਹਾਂ ਐਂਡ ਆਮ ਟਾਕਿੰਗ ਟੂਡੇ ਅਬਾਊਟ ਦ ਪਾਵਰ ਆਫ ਗॉड ਅਤੇ ਉਹ ਪਰਮੇਸ਼ਰ ਦੀ ਤਾਕਤ ਮੈਂ ਤੁਹਾਨੂੰ ਬਾਹਰੋਂ ਨਹੀਂ ਦਿਖਾ ਰਿਹਾ ਆਮ ਨਾਟ ਸ਼ੋਇੰਗ ਇਟ ਫਰਮ ਆਊਟਸਾਈਡ ਦ ਪਾਵਰ ਆਫ ਗॉड ਉਹ ਮੈਂ ਤੁਹਾਡੀ ਬਾਡੀ ਦੇ ਵਿੱਚੋਂ ਦੀ ਦਿਖਾਲਣ ਦੀ ਕੋਸ਼ਿਸ਼ ਕਰਦਾ ਹਾਂ ਟ੍ਰਾਈਂਗ ਟੂ ਸ਼ੋ ਯੂ ਫਰਮ ਯੋਰ ਓਨ ਵੈਰੀ ਬਾਡੀ ਇੱਥੇ ਕਿੰਨੇ ਜਾਣੇ ਬੈਠੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਪੈਰ ਦਿੱਤੇ ਹਨ
Where, how many people have their feet God wow, has given? Wow, pair, hath vi khade karte tusi. Wow, you have raised up your hands. Hath vi ditte ya, pair vi ditte ya. Even the legs and even the hands you have been given. Hathaan nu halao te ko prabhu dhanwad pairan layi vi te hathaan layi vi jehde. Wave your hands and thank the Lord for the feet and for the hands also. Gala bahut khich reya. Bahut zyada khich reya gala. Sir te pre. Hey? Oh. Huh? Wah. Wah. Hath. Hands. Dekho, eh hath. Dekho, eh hath parmeshwar ne sidha nahi banaya. See, God did not create it hands straightened. ਸਾਡੀਆਂ ਉਂਗਲਾਂ ਦੇਖੋ ਕਿੱਦਾਂ ਬੈਂਡ ਹੁੰਦੀਆਂ ਨੇ. See how our fingers bend. ਪਰਮੇਸ਼ਨ ਇਹਨਾਂ ਵਿੱਚ ਐਲਬੋ ਪਾਈ ਨੇ ਐਲਬੋ. And elbows have been fitted in these fingers. ਕਿਉਂਕਿ ਰੱਬ ਨੂੰ ਪਤਾ ਸੀ ਇਹਨਾਂ ਨੇ ਕੰਪਿਊਟਰ ਵੀ ਚਲਾਉਣੇ ਆ. God knew that they will be operating the computer. ਜੇ ਐਨ ਸਿੱਧੀਆਂ ਉਂਗਲਾਂ ਹੁੰਦੀਆਂ. If the hand fingers would be straight. ਜੇ ਮੁੜਦੀਆਂ ਨਾ ਹੁੰਦੀਆਂ. If they would not bend. ਸੰਸਾਰ ਤਾਂ ਵੀ ਚੱਲਣਾ ਸੀ. The world would go on like that. ਪਰ ਤੁਸੀਂ ਕਾਰੀਗਰ ਨੂੰ ਦੇਖੋ. But see the craftsman. ਕਾਰੀਗਰ. The craftsman. ਜਿਹਨੇ ਸਾਨੂੰ ਬਣਾਇਆ ਹੈ. Who created us. ਸਾਡੀਆਂ ਉਂਗਲਾਂ ਦੇ ਵਿੱਚ ਐਲਬੋ ਨੇ. And their elbows in our fingers. ਅਤੇ ਉਹਨਾਂ ਦੇ ਅੱਗੇ ਪਰਮੇਸ਼ਰ ਨੇ ਇੱਕ ਪੱਥਰ ਲਾਇਆ ਨੇ ਛੋਟੇ ਛੋਟੇ. And the stone has fitted in the front of that. ਨਾਜ਼ੁਕ ਜੇ ਪੱਥਰ. And very very precious and very delicate. ਨੇਲ ਲਾਇਆ ਨੇ ਨੇਲ. You have nails in the front of your fingers. ਕਿਉਂਕਿ ਜਦੋਂ ਅਸੀਂ ਕੰਮ ਕਰਦੇ ਹਾਂ ਇਹ ਸਾਨੂੰ ਸਪੋਰਟ ਕਰਦੇ ਨੇ. But when we do some work it supports our work. ਅਤੇ ਜੇ ਕਿਸੇ ਦਾ ਨੇਲ ਟੁੱਟ ਜਾਵੇ. And someone's nails get broken. ਉਹ ਬੜੀ ਬਚਾ ਬਚਾ ਕੇ ਉਂਗਲ ਰੱਖਦਾ ਹੈ. And he saves it to that finger very tightly. ਉਹ ਕਹਿੰਦਾ ਇੱਕ ਮਿੰਟ ਜੀ ਮੇਰੇ ਇਸ ਉਂਗਲ ਤੇ ਸੱਟ ਲੱਗੀ ਆ ਧਿਆਨ ਦੇ ਨਾਲ. And then he says oh be attentive I have hurt my finger. ਇਹ ਪਰਮੇਸ਼ਰ ਨੇ ਉਂਗਲਾਂ ਦੇ ਉੱਤੇ ਕਬਰ ਪਾਏ ਨੇ ਕਬਰ. See the covers God has put upon the fingers. ਕਾਰੀਗਰ ਨੂੰ ਵੇਖੋ. See the craftsman. ਦੇਖੋ ਨੱਕ ਉਹਨੇ ਕਿੱਥੇ ਲਾਇਆ ਹੈ. See where he has put in the nose. ਜੇ ਪਿਛਲੇ ਬੰਨੇ ਲੱਗਾ ਹੁੰਦਾ. If he would have been fitted at the back side. ਅਸੀਂ ਕਿੱਦਾਂ ਦੇ ਲੱਗਣਾ ਸੀ. How would you be looking? ਕਾਰੀਗਰ ਨੂੰ ਵੇਖੋ ਬਸ. See the work. ਅੱਜ ਦੀ ਰਾਤ ਭੁੱਲ ਜਾਓ. This night just forget. ਤੁਸੀਂ ਕਿੱਥੇ ਬੈਠੇ ਹੋ. Where are you sitting? ਕਾਰੀਗਰ ਨੂੰ ਦੇਖੋ ਕਾਰੀਗਰ ਕਿੱਦਾਂ ਦਾ. See the craftsman what sort of he is. ਉਹ ਕਾਰੀਗਰ ਮੇਰਾ ਰੱਬ ਹੈ ਮੈਂ ਉਸ ਨੂੰ ਆਪਣਾ ਰੱਬ ਮੰਨਦਾ ਹਾਂ. The craftsman is my God and I proclaim he is my God. ਮੈਂ ਹਮੇਸ਼ਾ ਉਸ ਦਾ ਧੰਨਵਾਦ ਕਰਦਾ ਹਾਂ. All times I thank him. ਔਰ ਰੱਬ ਦੇਖੋ ਉਸਨੇ ਦੋ ਅੱਖਾਂ ਕਿੱਥੇ ਲਾਈਆਂ ਨੇ. See where God has fitted in the eyes. ਇੱਕ ਅੱਖ ਪਿੱਛੇ ਵੀ ਹੋਣੀ ਚਾਹੀਦੀ ਵੀ ਪਿੱਛੋਂ ਨਾ ਕੋਈ ਠੋਕ ਦੇ. And I should be fitted at the back side some should not bang you. ਪਰ ਉਹਨੇ ਅੱਖ ਦੇਖੋ ਕਿੱਦਾਂ ਲਾਈ ਹੈ. See how he fitted the eye. ਉਹਨੂੰ ਪਤਾ ਕਿ ਇਹ ਅੱਖ ਪਿੱਛੇ ਵੀ ਦੇਖ ਸਕਦੀ ਹੈ. And he knew this eye could see the back side. ਕਈ ਲੋਕਾਂ ਨੂੰ ਮੈਂ ਸੁਣਿਆ ਕਹਿੰਦੇ ਓਏ ਐਵੇਂ ਨਾ ਭੁੱਲਿਆ ਨਾ ਫਿਰ ਮੇਰੇ ਪਿੱਛੇ ਵੀ ਅੱਖਾਂ ਆ. And so you must have heard someone saying oh do not forget I have eyes at the back side also. ਤੁਹਾਨੂੰ ਸਮਝ ਆ ਰਹੀ ਕਾਰੀਗਰ ਕੌਣ ਹੈ. You understand who is the craftsman. ਅਸੀਂ ਕਹਿੰਦੇ ਅਸੀਂ ਬਹੁਤ ਵੱਡੇ ਕਾਰੀਗਰ ਮਹਿਲ ਬਣਾ ਲਏ ਜਹਾਜ਼ ਬਣਾ ਲਏ. And we sometimes proclaims we are great craftsmen we have created. ਅੱਜ ਮੈਂ ਸਿਰਫ ਤੁਹਾਡੇ ਕਾਰੀਗਰ ਵਾਲੇ ਦੱਸ ਰਿਹਾ ਹਾਂ. I am telling you about your craftsmen. ਉਹ ਜਹਾਜ਼ ਕਿਦਾਂ ਬਣਿਆ. See how the plane has been. ਸਾਡੇ ਅੰਦਰ ਇੱਕ ਪੁਰਜਾ ਫਿੱਟ ਕੀਤਾ ਉਸਨੇ. A piece has been fitted inside over here. ਸਾਡੇ ਦਿਮਾਗ ਨੂੰ ਬਣਾਇਆ ਉਸਨੇ. He created a brain. ਜਿਹਦਾ ਦਿਮਾਗ ਸਾਡਾ ਇੰਨਾ ਤੇਜ਼ ਕੰਮ ਕਰਦਾ ਹੈ. And the brain that works so fast. ਇਹਨੂੰ ਬਣਾਉਣ ਵਾਲੇ ਦਾ ਕਿੱਡਾ ਕੰਮ ਕਰਦਾ ਹੋਊਗਾ. How fast the one who created it would be. ਅਤੇ ਕੌਣ ਹੈ? Who is he? ਉੱਚੀ ਆਵਾਜ਼ ਤੇ ਬੱਚ ਬੋਲੋ power of God. If with a loud voice say power of God. ਅਤੇ ਕਹੋ ਰੱਬ ਦੀ ਤਾਕਤ. Say power of God. ਰੱਬ ਦੀ ਤਾਕਤ. Power of God. ਦੇਖਿਆ ਰੱਬ ਦੀ ਤਾਕਤ. You have seen the power of God. ਸੂਰਜ ਵੰਦਾ ਸੂਰਜ. You see the sun. ਜਦ ਨਿਕਲਦਾ ਨਾ ਗਰਮੀਆਂ ਨੂੰ ਇੱਕ ਚਮਕਾਰਾ ਮਾਰਦਾ. And as you see it rising in the summers one. ਸਾਰੀ ਧਰਤੀ ਵਾਲੇ ਲੋਕਾਂ ਦੀ ਹਾਇ ਕੱਢ ਦਿੰਦਾ. And it makes the war to come out of the people. ਤੇ ਫਿਰ ਬੋਲੋ ਰੱਬ ਦੀ ਤਾਕਤ. One again say the power of God. ਉਸਨੇ ਚੰਦ ਦੇਖੋ ਕਿਦਾਂ ਚਾੜਿਆ ਹੈ. See how he just made the moon to rise. ਪਰ ਤੁਸੀਂ ਨਹੀਂ ਕੋਈ ਚੰਦ ਚਾੜਨਾ. But you need not make the moon to rise. ਜਿਹੜਾ ਚੜਿਆ ਉਹਦੇ ਥੱਲੇ ਧੰਨਵਾਦ ਕਰਨਾ. Oh under whom that is risen. ਦੱਬ ਕੇ ਬੋਲੋ hallelujah. With all your power say hallelujah. Praise the Lord. ਆਈ ਆਪਣੇ ਹੱਥਾਂ ਨੂੰ ਉਠਾਈਏ ਫਿਰ ਧੰਨਵਾਦ ਕਰੀਏ ਕਾਰੀਗਰ ਦੇ ਲਈ. Raise up your hands and just thank for the creator. ਕਹੋ ਰੱਬ ਦੀ ਤਾਕਤ ਨੂੰ ਮੈਂ ਮਹਿਸੂਸ ਕਰਦਾ ਹਾਂ. Say I feel the power.
power of God. Main samajhda ke rab di taqat mere utte hai. I understand the power of God is upon me. Ate rab di taqat ne mainu banaya hai. And power of God has created. Main rab di taqat te bharosa karda ha. And I believe on the power of God. Main manda ha ke rab di taqat sakshat maujood hai tarti te. And confess that the power of God is present in this place. Ate ajj main jo sun reha ha. Whatever I'm listening today. Main utte vishwas karda ha. I believe upon that. Ehi raah hai te sach hai. This is the way and this is the truth. Ate ehi jeevan hai. And this is the life. Yesu masih de naam. In the name of Jesus Christ. Amen. Amen. Likha hai sare thake hoyo. It is written all who are weary. Sare thake hoyo. All who are weary. Usne ne kya aake satguru Yesu di gal kar reha ha. I'm talking about Jesus Christ. Yesu masih ne kya gore sare aajo. Jesus did not say all the English word come. उसने नहीं कहा सारे यहूदी आ जाओ। He did not say all the Jews come. यीशु मसीह ने कहा सारे थके होयो। Jesus said all who are weary. सारे ने विच पंजाबी आंदे आ जा नहीं। In all does Punjabis come? बजाओ ताड़ी यीशु मसीह दे नाच। Clap in the name of Jesus. जे कि ते यीशु मसीह ने क्या हुंदा सिर्फ यहूदी आ जाओ गोरे आ जाओ। If Jesus would have said only the Jews and only those are English come. बोलो ये रब दी ताकत है। Say this is the power of God. हजारां साल पहले जो यीशु मसीह ने बोलिया। Thousands years ago, what Jesus Christ spoke. आज तक उदे बोले शब्दां विच कोई सुधार नहीं कर सकिया। Till now, nobody is able to mend it. कि तुसी जान दियो कि यीशु मसीह दे वक्त बीमार बहुत चंगे किते गए। Do you know? During the times of Jesus, many sick were healed. आज भी उधर नाम इच बीमार चंगे होंदे आ। Today also sick are healed. क्यों? Why? Bible दस दिया कि यीशु रब दा पुत्र है। Bible says Jesus Christ is the Son of God. जिन्ने आज ए विश्वास करनगे कि यीशु मसीह रब दा पुत्र है। All who will believe today, Jesus Christ is the Son of God. ਪਾਵੇਂ ਤੁਹਾਡੀਆਂ ਰਿਪੋਰਟਾਂ ਇਹ ਕਹਿੰਦੀਆਂ ਕਿ ਤੂੰ 2 ਦਿਨ ਤੋਂ ਬਾਅਦ ਮਰ ਜਾਏਗਾ ਯੋਰ ਰਿਪੋਰਟਸ ਮਾਈਟ ਬੀ ਟੈਲਿੰਗ ਯੂ ਵਿਲ ਡਾਈ ਆਫਟਰ 2 ਡੇਜ਼ ਮੈਂ ਤੁਹਾਨੂੰ ਇਹ ਭਰੋਸਾ ਦਵਾਉਂਦਾ ਕਿ ਜੇ ਤੁਸੀਂ ਮੰਨ ਲਿਆ ਕਿ ਯਿਸੂ ਪਰਮੇਸ਼ਵਰ ਦਾ ਪੁੱਤਰ ਹੈ ਐਂਡ ਆਈ ਗਿਵ ਯੂ ਅ ਹੋਪ ਇਫ ਯੂ ਕਨਫੈਸ ਜੀਸਸ ਕ੍ਰਾਈਸਟ ਇਜ਼ ਅ ਸਨ ਆਫ ਗੋਡ ਅਤੇ ਅੱਜ ਦੀ ਰਾਤ ਹੀ ਤੁਹਾਡੀਆਂ ਰਿਪੋਰਟਾਂ ਬਦਲੀ ਕੀਤੀਆਂ ਜਾਣਗੀਆਂ ਐਂਡ ਥਿਸ ਨਾਈਟ ਯੋਰ ਰਿਪੋਰਟ ਸ਼ੈਲ ਬੀ ਚੇਂਜਡ ਯਹੋਵਾ ਦੇ ਸਵਰਗ ਦੂਤ ਤੁਹਾਡੀ ਰਾਖੀ ਕਰਨਗੇ ਦ ਐਂਜਲਸ ਆਫ ਦ ਲਾਰਡ ਗੋਡ ਸ਼ੈਲ ਪ੍ਰੋਟੈਕਟ ਯੂ ਐਸ ਵੇਲੇ ਵੀ ਬਹੁਤ ਸਾਰੇ ਲੋਕਾਂ ਦੇ ਬੰਧਨ ਯਿਸੂ ਮਸੀਹ ਦੇ ਨਾਂ 'ਚ ਇੱਥੇ ਟੁੱਟ ਰਹੇ ਹਨ This very moment also many bondages of the people are breaking in the name of Jesus tusi apne sharir de vich mehsoos karde rehna you need to feel it into your body bahut sare bimar change ho rahe han many sick are being healed yesu masih de naam changai hai in the name of Jesus there is healing ate us to bhi ek vaddi gal hai and greater than that ke yesu masih de naam de vich mukti hai that there is salvation in the name of Jesus Christ bible de vich idan likhya gaya hai it is written in the bible je tanu shak hai if you have any doubt ek bible khareedo buy a bible ate usnu padho and start to study it ki dasda hai what does it tell you parmeshwar ne akash nu banaya god created the heaven ki tusi kade dekhya akash te thalle koi thammiyan dittiyan han have you ever seen the pillars underneath the sky akash nu kidda banaya gaya hai how is the sky created usde utte suraj kidda ghumda hai how does the sun roam around bolo parmeshwar di taqat de naal say by the power of god je tusi vishwas karde ho if you believe ate ajje hi ko ਕੋਈ ਮੇਰਾ ਰੱਬ ਹੈ ਸੇ ਹੀ ਅਲੋਨ ਇਸ ਮਾਈ ਕਾਰ ਜਿਸਨੇ ਤਾਰਿਆਂ ਨੂੰ ਟੰਗਿਆ ਹੈ ਉਤੇ ਹੂ ਹੈਸ ਹੰਗ ਹੈ ਸਟਾਰਸ ਇਨ ਦ ਹੈਵਨ ਦੇਖੋ ਕਿੰਨਾ ਚੰਗਾ ਹੈ ਸੀ ਸੀ ਇਟ ਇਸ ਸੋ ਗੁੱਡ ਤਾਰਿਆਂ ਨੂੰ ਟੰਗਿਆ ਹੈ stars have been hung they sanu rakhya hai and we have been kept kyunki usne sanu apni shakal te banaya hai for he created us into his image ate kaho aaj main sare behma bharma to bahar ja raha ha and say I am coming out of all sort of superstition bible de vich is tarah likhya hai it is written in the bible kyun jo manukh da putr gwachya hoya nu palan le aaya it is written that the son of man came to save the lost ate likhya hai oh papiyan nu bachaun le and he came to save the sinners jesus ne kya hai jesus christ say namen naroyan nu nahi not the one who are fine
ਰੋਗੀਆਂ ਨੂੰ ਹਕੀਮ ਦੀ ਲੋੜ ਹੈ ਬਟ ਦ ਵਨ ਹੂ ਆਰ ਸਿਕ ਨੀਡਸ ਅ ਡਾਕਟਰ ਹਜ਼ਾਰਾਂ ਸਾਲ ਪਹਿਲਾਂ ਇੱਕ ਢੰਡੋਰੀਆ ਦੁਨੀਆ ਤੇ ਆਇਆ ਹੈ ਐਂਡ ਥਾਊਸੈਂਡ ਇਅਰਸ ਬੈਕ ਅ ਮੈਨ ਅਨਾਉਂਸਰ ਕੇਮ ਅਤੇ ਉਹਦਾ ਨਾਮ ਯਿਸੂ ਮਸੀਹ ਹੈ ਐਂਡ ਹਿਸ ਨੇਮ ਇਜ਼ ਜੀਸਸ ਕ੍ਰਾਈਸਟ ਉਸਨੇ ਕਿਹਾ ਹੈ ਹੀ ਸੇਡ ਰੱਬ ਮੈਂ ਹਾਂ ਆਈ ਐਮ ਦ ਵੇ ਸੱਚ ਮੈਂ ਹਾਂ ਆਈ ਐਮ ਦ ਟਰੂਥ ਜੀਵਨ ਮੈਂ ਹਾਂ ਆਈ ਐਮ ਦ ਲਾਈਟ ਚਾਨਣ ਮੈਂ ਹਾਂ ਆਈ ਐਮ ਦ ਲਾਈਟ ਜਿਹੜਾ ਮੇਰੇ ਪਿੱਛੇ ਆਉਂਦਾ ਹੈ ਹੂ ਕਮਸ ਆਫਟਰ ਮੀ ਉਹ ਹਨੇਰੇ ਵਿੱਚ ਕਦੇ ਨਹੀਂ ਚੱਲੇਗਾ ਸ਼ੈਲ ਨੇਵਰ ਵਾਕ ਇਨ ਦ ਡਾਰਕਨੈਸ ਜਾਓ ਗੋ ਜਿੰਨੇ ਵੀ ਸੁਣਦੇ ਹੋ ਆਲ ਹੂ ਆਰ ਲਿਸਨਿੰਗ ਤੁਸੀਂ ਚਾਨਣ ਹੋ ਯੂ ਆਰ ਦ ਲਾਈਟ ਜਿਹੜੇ ਹਨੇਰੇ ਵਿੱਚ ਬੈਠੇ ਨੇ ਉਹਨਾਂ ਦੇ ਸਾਹਮਣੇ ਜਾਓ ਗੋ ਦ ਵਨਸ ਲਿਵਿੰਗ ਇਨ ਦ ਡਾਰਕਨੈਸ ਗੋ ਇਨ ਦ ਪ੍ਰੈਜ਼ੈਂਸ ਦੁਨੀਆ ਨੂੰ ਦੱਸੋ ਟੈਲ ਦ ਵਰਲਡ ਕਿ ਕ੍ਰਿਸਚੀਅਨ ਲੋਕ ਕਿਸੇ ਦਾ ਧਰਮ ਪਰਿਵਰਤਨ ਨਹੀਂ ਕਰਦੇ ਦ ਕ੍ਰਿਸਚੀਅਨਸ ਪੀਪਲ ਡਸਨਟ ਟ੍ਰਾਂਸਫਾਰਮ ਦ ਰਿਲੀਜੀਅਨ ਕਿਉਂਕਿ ਮੈਂ ਬਾਈਬਲ ਦੇ ਵਿੱਚ ਕਿਤੇ ਵੀ ਇਸ ਦੇ ਬਾਰੇ ਨਹੀਂ ਪੜਿਆ ਬਟ ਆਈ ਹੈਵ ਨੈਵਰ ਐਵਰ ਰੈਡ anything like this in the bible mera bible kehnda hai ke oh dil badli karda hai my bible say he transforms the heart parmeshwar da kalam e kehnda hai the word of god says oh tada dil badli karda hai he transforms your heart ke tusi dil badli karona chahunde ho you want to get your heart transformed pehla eh manno ke duniya da karigar kaun hai first just confess the he creator of the world ate us da aadar karo and honor him duniya da karigar the craftsman of the world dekho jeev kiddi nikki je cheez hai see a tank such a small thing par bade bade kam karwa dindi hai it makes big the works to do ese karke parmeshwar is nu pani de vich rakhya hai that's why god has kept him in the waters je kise di lab sukh jave ta waqt pa janda kehnda oh mainu pani deo meri lab sukh gayi if someone's tongue dries up he needs directly the water parmeshwar is nu pani vich kyon rakhya hai why god kept it into the water ਉਹ ਕਾਰੀਗਰ ਹੈ ਹੀ ਇਜ਼ ਦ ਕ੍ਰਾਫਟਮੈਨ ਉਸਨੇ ਕਿਹਾ ਨਾ ਡਰ ਤੇ ਨਾ ਘਬਰਾ ਹੀ ਸੈਡ ਡੂ ਨਾਟ ਫੀਅਰ ਐਂਡ ਡੂ ਨਾਟ ਵਰੀ ਮੈਂ ਤੇਰਾ ਪਰਮੇਸ਼ਰ ਹਾਂ ਆਈ ਐਮ ਯੋਰ ਕਾਰ ਅਤੇ ਮੈਂ ਤੇਰੇ ਸਿਰ ਦੇ ਵਾਲ ਵੀ ਗਿਣੇ ਹੋਏ ਹਨ ਆਈ ਹੈਵ ਇਵਨ ਕਾਊਂਟਡ ਦ ਹੇਅਰਸ ਆਫ ਯੋਰ ਹੈਡ ਤੁਸੀਂ ਪਰਮੇਸ਼ਰ ਤੋਂ ਬਹੁਤ ਚੀਜ਼ਾਂ ਮੰਗਦੇ ਹੋ ਯੂ ਆਰ ਲੋਸਟ ਆਫ ਥਿੰਗਸ ਫਰਮ ਗਾਡ ਅਭੀ ਦੇ ਰੇ ਗਿਵ ਮੀ ਦਿਸ ਵਨ ਐਂਡ ਦਿਸ ਵਨ ਗਿਵ ਮੀ ਦਿਸ ਵਨ ਹਾਲੇਲੂਇਆ ਜਿਹੜਾ ਵੀ ਤੁਹਾਡੇ ਲਾਗੇ ਬੈਠਾ ਉਸ ਨੂੰ ਮਿਲੋ ਤੇ ਕਹੋ ਅੱਜ ਤੁਹਾਨੂੰ ਪ੍ਰਭੂ ਬਰਕਤ ਦੇ ਕੇ ਭੇਜੂਗੇ ਦ ਵਨ ਨੀਅਰ ਯੂ ਜਸਟ ਟੈਲ ਹਿਮ ਗੋਡ ਵਿਲ ਸੈਂਡ ਯੂ ਵਿਦ ਅ ਬਲੇਸਿੰਗ ਸੰਗਿਓ ਨਾ ਡੂ ਨਾਟ ਫੀਲ ਸ਼ਾਮ ਉਸਨੇ ਕਿਹਾ ਮੈਂ ਵੀ ਇੱਕ ਦਿਨ ਸ਼ਰਮਾਵਾਂਗਾ ਹੀ ਸੇਡ ਆਈ ਵਿਲ ਫੀਲ ਅਸ਼ੇਮਡ ਵਨ ਡੇ ਸੁਣੋ ਇੱਧਰ ਧਿਆਨ ਕਰੋ ਐਂਡ ਜਸਟ ਪੇ ਅਟੈਂਸ਼ਨ ਓਵਰ ਹੇਅਰ ਆ ਕੈਮਰੇ ਵਾਲੇ ਆਪਾਂ ਖੜੇ ਕੀਤੇ ਆ ਦੀ ਕੈਮਰਾਮੈਨਸ ਵੀ ਹੈਵ ਬੀਨ ਮੇਡ ਦਮ ਟੂ ਸਟੈਂਡ ਭਈ ਸਾਡੀਆਂ ਫੋਟੋਆਂ ਬਣਾਓ ਸਾਡੀਆਂ ਵੀਡੀਓ ਬਣਾਓ ਦੈਟ ਦੇ ਮੇਕ ਵੀਡੀਓਜ਼ ਐਂਡ ਫੋਟੋਗ੍ਰਾਫਸ ਆਫ ਅਸ ਇੱਕ ਵੱਡਾ ਕੈਮਰਾ ਇੱਥੇ ਘੁੰਮ ਰਿਹਾ ਹੈ ਅ ਗ੍ਰੇਟ ਕੈਮਰਾ ਇਜ਼ ਰੋਮਿੰਗ ਓਵਰ ਹੇਅਰ ਜਦੋਂ ਤੁਸੀਂ ਇੱਥੇ ਸਫ਼ਰ ਸਮਾਪਤ ਕਰਕੇ ਜਾਓਗੇ ਵੈਨ ਯੂ ਗੋ ਆਫਟਰ ਫਿਨਿਸ਼ਿੰਗ ਦ ਜਰਨੀ ਆਫ ਦਿਸ ਅਰਥ ਅਤੇ ਤੁਹਾਨੂੰ ਇੱਕ ਕੁਰਸੀ ਦਿੱਤੀ ਜਾਊਗੀ ਯੂ ਸ਼ੈਲ ਬੀ ਗਿਵਨ ਅ ਚੇਅਰ ਬੈਠੋ ਜਨਾਬ Sit down, sir. ਅਤੇ ਦੇਖੋ ਤੁਸੀਂ ਕੀ ਕਰਕੇ ਆਏ ਹੋ See what you have come after doing sir. ਉਸਨੇ ਕਿਹਾ ਹਨੇਰੇ ਦੀਆਂ ਬੰਦ ਕਮਰੇ ਦੀਆਂ ਗੱਲਾਂ ਸਾਹਮਣੇ ਪ੍ਰਗਟ ਕੀਤੀਆਂ ਜਾਣਗੀਆਂ He said the words you speak in the dark rooms shall be revealed. ਸਾਡੇ ਖਿਆਲ 'ਚ ਕੋਈ ਜਾਣਦਾ ਨਹੀਂ Into our thought no one knows. ਪਰ ਜਿਸਨੇ ਤੁਹਾਨੂੰ ਆਪਣੀ ਸ਼ਕਲ ਤੇ ਬਣਾਇਆ ਉਹ ਸਭ ਕੁਝ ਤੁਹਾਡੇ ਸਾਹਮਣੇ ਪ੍ਰਗਟ ਕਰੇਗਾ But the one who created you in his image he shall reveal it in your presence ਅਸੇ ਮੈਂ ਵਿਸ਼ਵਾਸ ਕਰਦਾ ਹਾਂ and I believe ਤੁਸੀਂ ਅੱਜ ਇੱਥੇ ਬਰਕਤ ਪਾ ਰਹੇ ਹੋ you are receiving the blessing ਬਰਕਤ ਪਾ ਰਹੇ ਹੋ you are receiving blessing breast ਦੀਆਂ ਰਸੌਲੀਆਂ ਜਾ ਰਹੀਆਂ ਨੇ the breast tumors are disappear ਐਸੇ ਵੇਲੇ ਖਤਮ ਹੋ ਰਹੀਆਂ ਨੇ this very moment they are finished ਬਹੁਤ ਸਾਰੇ ਸੋਚਦੇ ਹੋਣਗੇ ਬਾਬੇ ਆ they might be sorting they might be the sorcerers ਬਿਲਕੁਲ ਨਹੀਂ no ਅਸੀਂ ਤੁਹਾਡੇ ਭਰਾ ਆ ਤੁਸੀਂ ਸਾਡੇ ਭਰਾ ਆ we are your brothers and you are ours ਕਿਉਂ why ਕਰਕੇ ਸਾਡਾ ਵਿਸ਼ਵਾਸ ਇੱਕ ਹੈ ਫੋਰ ਅ ਫੇਥ ਇਸ ਵਨ ਅਗਰ ਤੁਸੀਂ ਵਿਸ਼ਵਾਸ ਨਾ ਕਿਸੇ ਨੂੰ ਕਹਿ ਦੋ ਤੂੰ ਹੁਣੇ ਠੀਕ ਹੋ ਜਾਏਗਾ ਯਿਸੂ ਮਸੀਹ ਦੇ ਨਾਮ ਚ ਇਫ ਯੂ ਸੇ ਟੂ ਸਮਵਨ ਯੂ ਸ਼ੈਲ ਬੀ ਹੀਲ ਵਿਦ ਫੇਥ ਉਸੇ ਵੇਲੇ ਠੀਕ ਹੋ ਜਾਊਗਾ ਹੀ ਸ਼ੈਲ ਬੀ ਹੀਲ ਦੈਟ ਵੈਰੀ ਮੋਮੈਂਟ ਇੱਕ ਔਰਤ ਦੇ ਬਾਰੇ ਮੈਂ ਜਾਣਦਾ ਹਾਂ ਆਈ ਨੋ ਅਬਾਊਟ ਅ ਵੂਮਨ ਜਿਹੜੀ ਇੱਕ ਵਿਸ਼ਵਾਸੀ ਲੋਕਾਂ ਦੇ ਘਰ ਦੇ ਸਾਹਮਣੇ ਰਹਿੰਦੀ ਸੀ ਹੂ ਯੂਸਟ ਟੂ ਲਿਵ ਇਨ ਦ ਆਪੋਜ਼ਿਟ ਡਾਇਰੈਕਸ਼ਨ ਆਫ ਦ ਬਲੀਵਰ ਪਰ ਉਹ ਆਪ ਵਿਸ਼ਵਾਸੀ ਨਹੀਂ ਸੀ ਬਟ ਸ਼ੀ ਹਰਸੈਲਫ ਵਾਸ ਨਾਟ ਅ ਬਲੀਵਰ ਉਹ ਜਾਣਦੀ ਸੀ ਕਿ ਜਿਹੜੇ ਯਿਸੂ ਮਸੀਹ ਨੂੰ ਮੰਨਦੇ ਆ ਉਹ ਭੂਤਾਂ ਤੋਂ ਡਰਦੇ ਨਹੀਂ ਐਂਡ ਸ਼ੀ ਨਿਊ ਦ ਵਾਂਸ ਹੂ ਬਲੀਵ ਔਨ ਜੀਸਸ ਆਰ ਨਾਟ ਅਫਰੇਡ ਆਫ ਡੀਮੋਨਸ ਇੱਕ ਦਿਨ ਦੁਪਹਿਰ ਦੇ ਵੇਲੇ ਉਸ ਨੂੰ ਲੱਗਿਆ ਉਸ ਨੂੰ ਕਿਸੇ ਨੇ ਆਵਾਜ਼ ਮਾਰੀ ਹੈ ਐਂਡ ਵਨ ਨੂਨ ਟਾਈਮ ਸ਼ੀ ਜਸਟ ਲਿਸਨਡ ਸਮਵਨ ਹੈਸ ਕਾਲਡ ਹਰ ਉਸਨੇ ਕਿਹਾ ਦੂਜੇ ਪਾਸਿਓਂ ਦੀ ਆਓ
and she said come from the other way dooje passeon phir awaaz aayi and from the other part again a voice came par usnu kuch disya nahi she could not see anything but usnu bada zabardast dar laga and she was in a great fear ate usne koi naam simarna shuru kita and she started to take some name ate phir bhi usna dar band na hoya but the fear did not stop yet tanu pata aakhir de vich usne ki kiya do you know at the last what did she do usne kya तेनू नहीं पता मेरी यीशु वालों दे आनी जानी आ भज जा and she said do you not know do you not know I have the relation with the ones who believe on Jesus run उस तो बाद की होया what happened thereafter कुछ दिन बाद उस औरत ने दसिया after some days that woman told भई मेरे नाल इस तरह होया सी that this thing happened with me अते मैं क्या मैं यीशु वालों दे आनी जांदी आ and she said that I told I have a relation and going and coming in with the one who believe on Jesus ए बिल्कुल सच्ची गल है this is a true one आज मैं यही दसना चाहंदा हां I want to tell you this thing यीशु मसीह इस दुनिया ते क्यों आए why Jesus Christ came into this world कोई धर्म बनाने लई नहीं आए not to create a religion यीशु मसीह क्यों आए why Jesus Christ came उसने आके पापियां दा नाश नहीं किता he did not destroy when he came all the sinners पर उसने एक अलग काम किता है he did a different work उसने पाप दा नाश किता है he destroyed the sin itself मैनू एक गल याद आ रही है and I remember one thing की तुसी ध्यान नाल सुन रहे हो are you listening with attention जेकर ਤੁਹਾਡੇ ਲਾਗੇ ਕੋਈ ਸੁੱਤਾ ਤੇ ਅੱਜ ਉਹਦੀ ਬੱਖੇ ਚ ਕਸੁੰਨ ਮਾਰ ਦਿਓ if someone is sleeping is near by you just bang him in his side hallelujah ਸਾਨੂੰ ਮੌਕਾ ਮਿਲਣਾ ਚਾਹੀਦਾ ਹੁੰਦਾ we should need a chance ਸਾਨੂੰ ਕੋਈ ਕਵੇ ਸਹੀ ਫੜਲਾ someone should say just catch hold ਅਸੀਂ ਆਪਣਾ ਗੁੱਸਾ ਕੱਢ ਕੇ ਬਾਅਦ ਚ ਕਹਿੰਦੇ ਮੈਂ ਥੋੜੀ ਕਰਨਾ ਸੀ ਇਹਨੇ ਕਿਹਾ we just take out all our anger and then we say oh he told me I was not to do ਕੋਈ ਵੀ ਆਪਣੀ ਸਜ਼ਾ ਜਿਹੜੀ ਉਹਨੇ ਗੁਨਾਹ ਕੀਤਾ ਲੈਣ ਤੋਂ ਪਹਿਲਾਂ ਦੂਜੇ ਦੇ ਉੱਤੇ ਸਜ਼ਾ ਲੈਣੀ ਚਾਹੁੰਦਾ ਹੈ everybody wants to get the punishment before it comes on him to upon the other ਕੀ ਤੁਸੀਂ ਜਾਣਦੇ ਹੋ ਧਰਤੀ ਤੇ ਜਿਹੜੀ ਪਹਿਲੀ ਅਦਾਲਤ ਅਦਨ ਦੇ ਬਾਗ ਦੇ ਵਿੱਚ ਲੱਗੀ do you know the first court where it was set it was in the garden of eden ਉੱਥੇ ਤਿੰਨ ਜਾਣਿਆਂ ਨੂੰ ਬੁਲਾਇਆ ਗਿਆ three were called in that court ਅੱਜ ਵੀ ਅਦਾਲਤਾਂ ਲੱਗਦੀਆਂ ਨੇ today also courts are set ਅਤੇ ਦੁਨੀਆ ਦੇ ਸਭ ਤੋਂ ਪਹਿਲਾਂ ਵੀ ਇੱਕ ਅਦਾਲਤ ਲੱਗੀ and in the beginning of the world there was a court that was set ਉਸ ਅਦਾਲਤ ਦੇ ਵਿੱਚ ਰੱਬ ਜੱਜ ਸੀ and god was the judge in that court ਅਤੇ ਉਸਨੇ ਤਿੰਨ ਸਜ਼ਾਵਾਂ ਦਿੱਤੀਆਂ ਜਦੋਂ ਆਦਮੀ ਤੇ ਔਰਤ ਨੇ ਪਰਮੇਸ਼ਰ ਦੀ ਅਣਆਗਿਆਕਾਰੀ ਕੀਤੀ and men man and woman just but disobedient to god three punishments were pronounced ਅਤੇ ਜਦ ਪਹਿਲੀ ਅਦਾਲਤ ਦੁਨੀਆ ਤੇ ਲੱਗੀ when first court was set in this world ਉਦੋਂ ਧਰਤੀ ਤੇ ਦੋ ਹੀ ਪ੍ਰਾਣੀ ਸੀਗੇ ਆਦਮ ਤੇ ਔਰਤ and there were only two humans in this world adam and eve ਅਤੇ ਉਹਨਾਂ ਨੇ ਏਡਾ ਵੱਡਾ ਜ਼ੁਲਮ ਕਰਤਾ ਕਿ ਪਰਮੇਸ਼ਰ ਨੂੰ ਅਦਾਲਤ ਲਾਉਣੀ ਪਈ and this did such a crime god had to set a court of his ਉਸ ਅਦਾਲਤ ਦੇ ਵਿੱਚ ਪਰਮੇਸ਼ਰ ਨੇ ਆਦਮੀ ਨੂੰ ਔਰਤ ਨੂੰ ਤੇ ਸੱਪ ਨੂੰ ਸਜ਼ਾਵਾਂ ਦਿੱਤੀਆਂ and god punished the man the woman and the snake ਅਤੇ ਉਹ ਜਿਹੜੀਆਂ ਸਜ਼ਾਵਾਂ ਨੇ ਅੱਜ ਵੀ ਇਸ ਧਰਤੀ ਤੇ ਬਰਕਰਾਰ ਨੇ and those punishments are still going and active on this earth jadon adalat lagi as the court was set parmeshwar ne aadmi nu keha god told unto the man jad main tenu mana kita si tu eh hukm kyon todya when I told you not to do the why did you disobey my command aadmi ne pata ki kya do you know what the man said sir main kithe karna si oh I was not to do ਮੈਂ ਕਿਵੇਂ ਕਰ ਸਕਦਾ ਸੀ ਹਾਊ ਕੁਡ ਆ ਡੂ ਦੈਟ ਇਹ ਜਿਹੜੀ ਔਰਤ ਤੁਸੀਂ ਮੈਨੂੰ ਦਿੱਤੀ ਹੈ ਇਸਨੇ ਮੇਰੇ ਤੋਂ ਕਰਾਇਆ ਦ ਵੁਮਨ ਯੂ ਗੇਵ ਮੀ ਸ਼ੀ ਮੇਡ ਮੀ ਡੂ ਦੈਟ ਅੱਜ ਵੀ ਇਹ ਚੱਲ ਰਿਹਾ ਹੈ today also it goes on like this main puchna sarpanch saab galti tusi kiti ha and I asked sarpanch sir did you do the mistake sarpanch saab ne kehna main nahi kiti chairman saab ne kiti and sarpanch sir says not me but the chairman sir chairman saab nu pucho galti kene kiti ha and when we asked the chairman sir who has done the mistake usne kehna main nahi kiti fulane ne kiti ha he will say not me but someone else acha wapas aao come back parmeshwar ne ਔਰਤ ਨੂੰ ਪੁੱਛਿਆ God asked that woman ਤੈਂ ਇਹ ਗਲਤੀ ਕਿਉਂ ਕੀਤੀ Why did you do this mistake ਉਸਨੇ ਕਿਹਾ ਸਰ She said sir ਮੈਂ ਕਿਵੇਂ ਕਰ ਸਕਦੀ ਸੀ How could I do ਮੈਂ ਨਹੀਂ ਕਰ ਸਕਦੀ ਸੀ I could not do that ਸਰ ਸਰ ਇਹ ਸੱਪ ਜਿਹੜਾ ਆਇਆ
ਇਸਨੇ ਮੈਨੂੰ ਕਿਹਾ ਤੇ ਮੈਂ ਕੀਤਾ that serpent who came he told me and I did it ਕੇਸ ਲੰਬਾ ਹੋ ਗਿਆ and case was prolonged but ਸੂਈਆਂ ਬੜੀ ਤੇਜ਼ ਨਾਲ ਜਾ ਰਹੀਆਂ ਨੇ the needles are fasting up ਅਦਾਲਤ ਲੱਗੀ ਹੋਈ ਹੈ and court is set ਜਦ ਤੱਕ ਫੈਸਲਾ ਨਹੀਂ ਹੁੰਦਾ ਜਾ ਨਹੀਂ ਸਕੋਗੇ till the time the decision is not given ਕਿਉਂਕਿ ਪਰਮੇਸ਼ਰ ਨੇ ਅਦਾਲਤ ਲਾਈ ਹੈ god has set the court ਮੁਜਰਮ ਖੜੇ ਨੇ and the criminals are standing ਅਤੇ ਇੱਕ ਜਿਹੜੀ ਦਿਸਦੀ ਚੀਜ਼ ਨਹੀਂ ਉਹਨਾਂ ਦੀ ਪ੍ਰੈਜ਼ੈਂਸ ਉੱਥੇ ਆ and the thing that is not seen it is their present ਅਤੇ ਉਹ ਵਿਟਨੈਸ ਹੈ ਕਿ ਇਹਨਾਂ ਨੇ ਗੁਨਾਹ ਕੀਤਾ ਹੈ and he is the witness over there that they have done some mistake ਉਹ ਜਿਹੜਾ ਡਰ ਉੱਥੇ ਆ ਗਿਆ ਉਹ ਗਵਾਹ ਬਣ ਗਿਆ ਕਿ ਇਹਨਾਂ ਨੇ ਹੁਕਮ ਤੋੜਿਆ ਹੈ and that fear came and was the witness that they disobeyed your command ਪਰਮੇਸ਼ਰ ਨੇ ਤਿੰਨਾਂ ਨੂੰ ਸਜ਼ਾਵਾਂ ਦਿੱਤੀਆਂ god punished these three ਪਹਿਲਾ ਆਦਮੀ ਨੂੰ ਸਜ਼ਾ ਮਿਲੀ first of all the man was punished ਉਸਨੇ ਕੀ ਕੀਤਾ he told what did he told ਆਵਾਜ਼ ਆਈ a voice came ਧਰਤੀ ਤੇਰੇ ਲਈ the land for you ਕੰਡੇ ਤੇ ਕੰਡਿਆਲੀਆਂ ਉਗਾਏਗੀ shall grow briars and thistles ਤੂੰ ਉੱਤੇ ਮਿਹਨਤ ਕਰੇਗਾ you shall toil with hard ਤਾਂ ਉਹਦੇ ਵਿੱਚੋਂ ਚੰਗਾ ਫਲ ਆਏਗਾ and then the good fruit shall come ਔਰਤ ਨੂੰ ਕਿਹਾ and the woman was told ਤੇਰੀ ਸੰਤਾਨ ਦੇ ਵਿੱਚ in the midst of your offspring ਅਤੇ ਸੱਪ ਦੀ ਸੰਤਾਨ ਦੇ ਵਿੱਚ and in the midst of the offspring of the serpent ਮੈਂ ਬੈਰ ਪਾਵਾ ਦੇਵਾਂਗਾ ਆਈ ਸ਼ੈਲ ਬ੍ਰਿੰਗ ਐਨਮਿਟੀ ਤੁਸੀਂ ਉਹਦੀ ਸਿਰੀ ਨੂੰ ਫੇਓਗੇ ਤੇ ਉਹ ਤੁਹਾਡੀ ਅੱਡੀ ਨੂੰ ਡੰਗ ਮਾਰੇਗਾ ਐਂਡ ਯੂ ਸ਼ੈਲ ਹੀ ਸ਼ੈਲ ਜਸਟ ਜਸਟ ਟ੍ਰੈਂਪਲ ਯੋਰ ਹੈਡ ਐਂਡ ਹੀ ਸ਼ੈਲ ਜਸਟ ਹਿਸ ਯੋਰ ਫੀਟ ਔਰਤ ਨੂੰ ਕਿਹਾ ਐਂਡ ਦ ਵੂਮਨ ਵਾਸ ਟੋਲਡ ਤੇਰੇ ਗਰਭ ਦੀ ਪੀੜ ਮੈਂ ਇੰਨੀ ਵਧਾ ਦੇਵਾਂਗਾ ਕਿ ਤੇਰਾ ਦੂਸਰਾ ਜਨਮ ਹੋਵੇਗਾ ਦੈਟ ਆਈ ਸ਼ੈਲ ਮੇਕ ਯੋਰ ਪੇਨ ਆਫ ਦ ਲੇਬਰ ਸੋ ਮਚ ਦੈਟ ਯੂ ਵਿਲ ਹੈਵ ਟੂ ਟੇਕ ਅਗੇਨ ਦ ਬਰਥ ਸੱਪ ਨੂੰ ਕਿਹਾ ਤੂੰ ਢਿੱਡ ਭਾਨੇ ਤੁਰੇਗਾ ਛੁਪੇਗਾ ਭੱਜੇਗਾ ਤੇ ਮਿੱਟੀ ਖਾਏਗਾ ਐਂਡ ਦ ਸਨੇਕ ਵਾਸ ਟੋਲਡ ਯੂ ਸ਼ੈਲ ਵਾਕ ਅਵੇਨ ਜਸਟ ਗ੍ਰਿਪ ਅਪਨ ਦ ਫਲੋਰ ਅਪਨ ਯੋਰ ਬੈਲੀ ਇਹ ਤਿੰਨ ਸਜ਼ਾਵਾਂ ਦੁਨੀਆ ਦੇ ਸ਼ੁਰੂ ਵਿੱਚ ਜੋ ਅਦਾਲਤ ਲੱਗੀ ਦਿੱਤੀਆਂ ਗਈਆਂ ਐਂਡ ਥੀਸ ਥ੍ਰੀ ਪਨਿਸ਼ਮੈਂਟ ਦੈਟ ਦ ਕੋਰਟ ਵਾਸ ਸੈਟ ਇਨ ਦ ਬਿਗਨਿੰਗ ਆਫ ਦ ਵਰਲਡ ਥੀਸ ਥ੍ਰੀ ਪਨਿਸ਼ਮੈਂਟਸ ਵਰ ਪ੍ਰੋਨਾਉਂਸ ਅਤੇ ਇਹ ਸਜ਼ਾਵਾਂ ਅੱਜ ਵੀ ਬਰਕਰਾਰ ਨੇ ਐਂਡ ਸਟਿਲ ਥੀਸ ਪਨਿਸ਼ਮੈਂਟਸ ਆਰ ਕੰਦ ਦੇ ਨਾਲ ਸੁਣੋ ਪਰਮੇਸ਼ਰ ਦੀ ਤਾਕਤ ਕੀ ਹੈ ਲਿਸਨ ਵਾਟ ਇਜ਼ ਦ ਪਾਵਰ ਆਫ ਕੋਰਟ ਆਲ ਕੰਦਾ ਲਿਸ਼ਕ ਦੇ ਖੰਡੇ ਨਾਲ ਉਸ ਅਦਨ ਦੇ ਬਾਗ ਦੀ ਰਾਖੀ ਕੀਤੀ ਗਈ ਐਂਡ ਇਟ ਵਾਸ ਟੋਲਡ ਦੈਟ ਦੈਟ ਗਾਰਡਨ ਆਫ ਈਡਨ ਵਾਸ ਪ੍ਰੋਟੈਕਟਡ ਬਾਈ ਦ ਸ਼ਾਈਨਿੰਗ ਸੋਰਡ ਪਰਮੇਸ਼ਰ ਨੇ ਆਦਮ ਨੂੰ ਉਸ ਬਾਗ ਦੇ ਵਿੱਚੋਂ ਬਾਹਰ ਕੱਢ ਦਿੱਤਾ ਗੋਡ ਜਸ ਸੈਂਡ ਆਊਟ ਦ ਐਡਮ ਫਰਮ ਦੈਟ ਗਾਰਡਨ ਤਾਂ ਕਿ ਉਹ ਹੱਥ ਵਧਾ ਕੇ ਜੀਵਨ ਦੇ ਬ੍ਰਿਸ਼ ਤੋਂ ਨਾ ਖਾਏ ਸੋ ਦੈਟ ਹੀ ਕੁਡ ਨਾਟ ਐਕਸਟੈਂਡ ਹਿਸ ਹੈਂਡ ਐਂਡ ਈਟ ਫਰਮ ਦ ਟ੍ਰੀ ਆਫ ਲਾਈਫ ਅਗਰ ਅੱਜ ਤੁਸੀਂ ਜੀਵਨ ਲੈਣਾ ਚਾਹੁੰਦੇ ਹੋ ਇਫ ਯੂ ਵਾਂਟ ਟੂ ਹੈਵ ਲਾਈਫ ਟੁਡੇ ਤਾਂ ਤੁਹਾਨੂੰ ਯੇਸ਼ੂ ਮਸੀਹ ਦੇ ਰਾਹੀਂ ਜੀਵਨ ਮਿਲੇਗਾ ਯੂ ਵਿਲ ਹੈਵ ਦ ਲਾਈਫ ਥਰੂ ਜੀਸਸ ਕ੍ਰਾਈਸਟ ਯੇਸ਼ੂ ਮਸੀਹ ਜੀ ਨੇ ਕਿਹਾ ਹੈ ਜੀਸਸ ਕ੍ਰਾਈਸਟ ਸੇਡ ਮੈਂ ਦੁਨੀਆ ਤੇ ਆਇਆ ਹਾਂ ਆਈ ਹੈਵ ਕਮ ਇਨਟੂ ਦਿਸ ਵਰਲਡ ਤਾਂ ਕਿ ਜਿਹੜਾ ਵੀ ਵਿਸ਼ਵਾਸ ਕਰੇ ਐਨੀਬਾਡੀ ਹੂ ਬਿਲੀਵਸ ਨਾਸ਼ ਨਾ ਹੋਵੇ ਸ਼ੁਡ ਨਾਟ ਪੈਰਿਸ਼ ਪਰ ਸਦੀਪਕ ਜੀਵਨ ਪ੍ਰਾਪਤ ਕਰੇ ਬਟ ਸ਼ੈਲ ਹੈਵ ਇਟਰਨਲ ਲਾਈਫ ਅਤੇ ਮੈਂ ਚਾਹੁੰਦਾ ਹਾਂ ਐਂਡ ਆਈ ਵਾਂਟ ਅੱਜ ਦੀ ਰਾਤ ਤੁਸੀਂ ਆਪਣੇ ਆਪ ਨੂੰ ਪਹਿਚਾਣੋ ਦੈਟ ਯੂ ਜਸਟ ਮੇਕ ਯੋਰਸੈਲਫ ਅੰਡਰਸਟੈਂਡ ਦਿਸ ਨਾਈਟ ਅਤੇ ਪਰਮੇਸ਼ਰ ਦੀ ਤਾਕਤ ਨੂੰ ਪਹਿਚਾਣੋ ਐਂਡ ਅੰਡਰਸਟੈਂਡ ਦ ਪਾਵਰ ਆਫ ਗੋਡ ਤੁਸੀਂ ਇਸ ਨੂੰ ਕਹੋ ਕਿ ਮੈਂ ਅੱਜ ਚੰਗੀ ਤਰ੍ਹਾਂ ਜਾਣ ਗਿਆ ਹਾਂ ਐਂਡ ਟੈਲ ਅਨਟੂ ਹਿਮ ਆਈ ਹੈਵ ਕਮ ਟੂ ਨੋ ਫੁਲੀ ਕਿ ਤੇਰੀ ਤਾਕਤ ਮੈਨੂੰ ਚੰਗਾ ਕਰ ਸਕਦੀ ਹੈ ਯੋਰ ਪਾਵਰ ਇਜ਼ ਏਬਲ ਟੂ ਹੀਲ ਮੈਂ ਵਿਸ਼ਵਾਸ ਕਰਦਾ ਹਾਂ ਆਈ ਬਿਲੀਵ ਕਿ ਤੂੰ ਹੀ ਮੇਰਾ ਮੁਕਤੀ ਦਾਤਾ ਪਰਮੇਸ਼ਰ ਹੈ ਯੂ ਅਲੋਨ ਆਰ ਮਾਈ ਸੇਵੀਅਰ ਕਾ ਯੇਸ਼ੂ ਮਸੀਹ ਨੇ ਕਿਹਾ ਜੀਸਸ ਕ੍ਰਾਈਸਟ ਸਪੇਕ ਮੈਂ ਹਾਂ ਜੋ ਹਾਂ ਆਈ ਐਮ ਵਟ ਆਈ ਐਮ ਅਤੇ ਜਿਹੜੇ ਯੇਸ਼ੂ ਦੇ ਪਿੱਛੇ ਜਾਂਦੇ ਨੇ ਆਲ ਹੂ ਫੋਲੋ ਜੀਸਸ ਉਹ ਕਦੇ ਹਨੇਰੇ ਵਿੱਚ ਨਹੀਂ ਜਾਂਦੇ ਦੇ ਸ਼ੈਲ ਨੈਵਰ ਗੋ ਇਨ ਦ ਡਾਰਕਨੈਸ ਅੱਜ ਟੂਡੇ ਇਸ ਬਾਗ ਦੇ ਅੰਦਰ ਇਨ ਦਿਸ ਗਾਰਡਨ ਟੁਡੇ ਭਾਵੇਂ ਕਿ ਅਦਾਲਤ ਨਹੀਂ ਲੱਗੀ ਕੋਰਟ ਇਜ਼ ਨਾਟ ਸੈਟ ਯੈਟ ਪਰ ਉਸ ਅਦਾਲਤ ਦੇ ਲਈ ਇਹ ਬਾਗ ਸਾਨੂੰ ਤਿਆਰ ਕਰ ਰਿਹਾ ਹੈ ਬਟ ਦਿਸ ਫॉर दैट ਕੋਰਟ ਦਿਸ ਗਾਰਡਨ ਇਜ਼ ਪ੍ਰੀਪੇਅਰਿੰਗ ਅਸ ਫॉर
ਇੱਕ ਦਿਨ one day ਪਰਮੇਸ਼ਰ ਦੇ ਸਿੰਘਾਸਨ ਦੇ ਸਾਹਮਣੇ ਜਾਵਾਂਗੇ in the presence of the throne of god we shall go ਹਰੇਕ ਵਿਅਕਤੀ ਉੱਥੇ ਖੜਾ ਹੋਏਗਾ every person shall be standing over there ਅਤੇ ਉੱਥੇ ਜਾ ਕੇ ਦੇਖੇਗਾ ਕਿ ਮੈਂ ਕੀ ਲੈ ਕੇ ਆਇਆ ਹਾਂ and he shall go and see what he has caught with him ਜਿਸ ਤਰ੍ਹਾਂ ਅਸੀਂ ਆਪਣੇ ਧੀਆਂ ਤੇ ਪੁੱਤਰਾਂ ਨੂੰ ਪਰਦੇਸ ਭੇਜਦੇ ਹਾਂ as we send our sons and daughters to the foreign land ਤਾਂ ਕਿ ਉੱਥੋਂ ਕਮਾਈ ਕਰਕੇ ਲੈ ਕੇ ਆਣ so that they go and earn something ਇਸੇ ਤਰ੍ਹਾਂ ਪਰਮੇਸ਼ਰ ਨੇ ਸਾਨੂੰ ਇਸ ਦੇਸ਼ ਦੇ ਵਿੱਚ ਭੇਜਿਆ ਹੈ in the same manner god has sent into this country that ਤਾਂ ਕਿ ਅਸੀਂ ਇੱਥੋਂ ਕੋਈ ਕਮਾਈ ਕਰਕੇ ਲੈ ਕੇ ਜਾਈਏ so that we earn something ਅਤੇ ਕਿੰਨੇ ਅਜੇ ਵਿਸ਼ਵਾਸ ਕਰਦੇ ਹਨ and how many of you believe this ਕਿ ਯੀਸ਼ੂ ਮਸੀਹ ਸਾਡਾ ਮੁਕਤੀਦਾਤਾ ਪਰਮੇਸ਼ਰ ਹੈ jesus christ the savior of us hallelujah hallelujah